ਜਰਨੈਲ ਸਿੰਘ ਅਨੰਦ ਦਾ ਜਿਹੜਾ ਇਹ ਫਰਸਟ ਵਿਜ਼ਨ ਵਾਲਾ ਸਫਰ ਆ ਇਹਦੇ ਪਿੱਛੇ ਇਹਦੇ ਪਿਛੋਕੜ ਦੇ ਵਿੱਚ ਮਾਪੇ ਪਰਿਵਾਰ ਉਹਨਾਂ ਨੇ ਕਿਸ ਤਰ੍ਹਾਂ ਦੀ ਸੇਧ ਦੇ ਕੇ ਜਰਨੈਲ ਸਿੰਘ ਨੂੰ ਇਦਾਂ ਨੂੰ ਤੋਰਿਆ ਫਾਦਰ ਸਾਹਿਬ ਬਸ ਤਾਂ ਜ਼ਿਆਦਾ ਪੜੇ ਲਿਖੇ ਨਹੀਂ ਸੀਗੇ ਪਰ ਉਹ ਇੱਕ ਬਹੁਤ ਵਧੀਆ ਇਨਸਾਨ ਸੀ ਜੀ ਅੱਛਾ ਇਹ ਤੇ ਵਿਸ਼ਵਾਸ ਰੱਖਦੇ ਸੀ ਔਰ ਉਹੀ ਚੀਜ਼ਾਂ ਸੀ ਜਿਹੜੀਆਂ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਬਣੀਆ ਵੈਸੇ ਕੋਈ ਕੁਦਰਤੀ ਤੌਰ ਤੇ ਇਨਸਾਨ ਦੇ ਅੰਦਰ ਹੁੰਦਾ ਜਿਹੜੀ ਤੁਹਾਨੂੰ ਲਿਖਣ ਦੀ ਚੇਤਕ ਜਾਂ ਪੜ੍ਹਨ ਦੀ ਚੇਤਕ ਉਹ ਕਿੱਦਾਂ ਲੱਗਦੀ ਮੈਨੂੰ ਯਾਦ ਹੈ 8ਵੀਂ 9ਵੀਂ ਦੇ ਵਿੱਚ ਜਿਹੜਾ ਅਸੀਂ ਲਿਟਰੇਚਰ ਹੈਗਾ ਰਸ਼ੀਆ ਦਾ ਗੂਰ ਕੀ ਵਗੈਰਾ ਜੀ ਸਭ ਉਸ ਵੇਲੇ ਅਸੀਂ ਪੜ੍ਹ ਲਏ ਸੀ ਔਰ ਉਸੇ ਵੇਲੇ ਹੀ ਸਭ ਤੋਂ ਪਹਿਲਾਂ ਮੈਂ ਨਾਨਕ ਸਿੰਘ ਪੜ੍ਹਿਆ ਤੇ ਕੌਲ ਪੜ੍ਹਿਆ ਠੀਕ ਹੈ ਨਾ ਤਾਂ ਇਹਨਾਂ ਚੀਜ਼ਾਂ ਦੇ ਪ੍ਰਤੀ ਸਾਡੀ ਜਿਹੜੀ ਰੁਚੀ ਸੀ ਬਣ ਗਈ ਗੱਲ ਕੀਤੀ ਗਈ ਹੈ ਲਸਟਸ ਦਾ ਪ੍ਰਿੰਸ ਆਫ ਡਾਰਕਨੈਸ ਇਹਦੇ ਵਿੱਚ ਇੱਕ ਸ਼ੈਤਾਨ ਦੀ ਗੱਲ ਕੀਤੀ ਗਈ ਹੈ ਮੈਂ ਇਹਦੇ ਬਾਰੇ ਬਹੁਤ ਸੰਖੇਪ ਚ ਜਾਨਣਾ ਚਾਹੁੰਦਾ ਮੈਂ ਇਹਦੇ ਬਾਰੇ ਇਹੀ ਕਹਿਣਾ ਪਸੰਦ ਕਰਾਂਗਾ ਕਿ ਲਸਟਸ ਲਸਟ ਤੋਂ ਬਣਿਆ ਸ਼ਬਦ ਹੈ ਲਸਟ ਮੀਨਸ ਭੁੱਖ ਹਵਸ ਹਰ ਤਰ੍ਹਾਂ ਦੀ ਜਿਹੜੀ ਭੁੱਖ ਹੈ ਜਿਹੜੀ ਅੱਜ ਆਦਮੀ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਉਹ ਸਾਰਾ ਕੁਝ ਮਿਲਾ ਕੇ ਲਸਟਸ ਬਣਿਆ ਸਸ਼ੀਕਾਲ ਜੀ ਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਾਹਿਤਿਕ ਤੰਦਾਂ ਦੇ ਵਿੱਚ ਤੇ ਮੈਂ ਡਾਕਟਰ ਵੀਰ ਅਸੀਂ ਹਰ ਵਾਰ ਦੀ ਤਰ੍ਹਾਂ ਸਾਹਿਤਿਕ ਤੰਦਾਂ ਪ੍ਰੋਗਰਾਮ ਦੇ ਵਿੱਚ ਸਾਹਿਤ ਖੇਤਰ ਦੇ ਵਿੱਚ ਵੱਖ-ਵੱਖ ਵਿਦਵਾਨਾਂ ਨਾਲ ਜੁੜੇ ਹੋਏ ਕਵੀਆਂ ਨਾਲ ਸ਼ਾਇਰਾ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਵਿਚਾਰ ਤੁਹਾਡੇ ਰੂਪ ਰੂਪ ਕਰਦੇ ਆ ਤੇ ਅੱਜ ਮੈਂ ਜਿਸ ਸ਼ਖਸ ਦੀ ਗੱਲ ਕਰਨ ਜਾ ਰਹੀ ਹਾਂ ਜਿਨ੍ਹਾਂ ਨੇ ਵਿਸ਼ਵ ਸਾਹਿਤ ਦੇ ਵਿੱਚ ਪੰਜਾਬੀ ਜਰਨੈਲ ਹੋਣ ਦਾ ਮਾਣ ਹਾਸਲ ਕੀਤਾ ਜਰਨੈਲ ਦੀ ਪਦਵੀ ਜਰਨੈਲ ਦਾ ਅਹੁਦਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਤੇ ਪੰਜਾਬੀ ਸਾਹਿਤ ਲਈ ਵੀ ਮਾਣ ਦੀ ਗੱਲ ਹੈ ਤੇ ਮੈਂ ਅੱਜ ਉਹਨਾਂ ਦੇ ਰੂਬਰੂ ਹੋਣ ਜਾ ਰਹੀਆਂ ਤੇ ਤੁਹਾਡੇ ਵੀ ਰੂਬਰੂ ਕਰਵਾਉਣ ਜਾ ਰਹੀਆਂ ਮੇਰੀ ਮੁਰਾਦ ਹੈ ਡਾਕਟਰ ਜਰਨੈਲ ਸਿੰਘ ਆਨੰਦ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਨੇ ਜੀ ਸਤਿ ਸ਼੍ਰੀ ਅਕਾਲ ਵੀਰੇ ਜੀ ਸੋਨਾ ਇਸ ਆਫ ਯੂ ਔਰ ਜਸਟੀ ਵੀ ਦੇ ਸਾਰੇ ਸ਼ਰੋਤਿਆਂ ਨੂੰ ਮੇਰੀ ਤਰਫੋਂ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਬਲੋ ਤੁਹਾਡਾ ਬਹੁਤ-ਬਹੁਤ ਸਵਾਗਤ ਸਰ ਸ਼ੁਕਰੀਆ ਦਰਸ਼ਕੋ ਜਿੱਦਾਂ ਕਿ ਅਸੀਂ ਅਕਸਰ ਸਾਹਿਤਿਕ ਤੰਦਾਂ ਦੇ ਵਿੱਚ ਇੱਕ ਸਾਂਝ ਪਾਉਂਦੇ ਆ ਸਾਹਿਤ ਦੀਆਂ ਵਿਧਾਵਾਂ ਨੂੰ ਲੈ ਕੇ ਪਰ ਅੱਜ ਜਿਹੜੀ ਸਾਡੀ ਗੱਲਬਾਤ ਆ ਉਹ ਬਿਲਕੁਲ ਖਾਸ ਹੋਣ ਵਾਲੀ ਐ ਤੇ ਵਿਸ਼ੇਸ਼ ਤੌਰ ਤੇ ਜਿਹੜੀ ਅਸੀਂ ਗੱਲਬਾਤ ਕਰਨੀ ਆ ਉਹ ਇਹ ਗੱਲਬਾਤ ਆ ਕਿ ਸਾਡੇ ਪੰਜਾਬ ਦੀ ਧਰਤੀ ਦਾ ਇੱਕ ਕਵੀ ਇੱਕ ਲੇਖਕ ਜੀਨੇ ਵਿਸ਼ਵ ਸਾਹਿਤ ਦੇ ਵਿੱਚ ਇੱਕ ਮੀਲ ਪੱਥਰ ਕਾਇਮ ਕੀਤਾ ਕਿਹਾ ਜਾਂਦਾ ਕਿ ਕਈ ਵਾਰ ਇਹ ਹੁੰਦਾ ਬਹੁਤ ਸਾਰੇ ਸਾਹਿਦੀਆਂ ਵਿਦਾਵਾਂ ਦੇ ਵਿੱਚ ਜਿਹੜੇ ਕਵੀ ਹੁੰਦੇ ਆਗੇ ਉਹ ਬੜੇ ਹੁਨਰਮੰਦ ਹੁੰਦੇ ਨੇ ਪਰ ਕਈ ਕਵੀ ਕਈ ਲੇਖਕ ਐਸੇ ਹੁੰਦੇ ਨੇ ਜਿਨ੍ਹਾਂ ਨੇ ਵਿਦਾ ਦੇ ਵਿੱਚ ਚੱਲਦੇ ਆ ਹੋਰ ਬਹੁਤ ਸਾਰੀਆਂ ਵਿਦਾਵਾਂ ਤੇ ਹੱਥ ਅਜਮਾਉਣਾ ਹੁੰਦਾ ਤੇ ਅੱਜ ਡਾਕਟਰ ਜਰਨੈਲ ਸਿੰਘ ਆਨੰਦ ਨਾਲ ਅਸੀਂ ਉਹ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਤੇ ਅਸੀਂ ਇਹ ਵੀ ਜਾਣਨਾ ਕਿ ਇੱਕ ਉਹਨਾਂ ਨੇ ਅਧਿਆਪਨ ਦੇ ਸਫਰ ਤੋਂ ਇੱਕ ਵਿਸ਼ਵ ਸਾਹਿਤ ਤੱਕ ਆਪਣੀ ਪਹੁੰਚ ਕਿਸ ਤਰ੍ਹਾਂ ਕੀਤੀ ਹਾਂਜੀ ਸਰ ਇੱਕ ਵਾਰ ਫਿਰ ਤੁਹਾਡਾ ਸਵਾਗਤ। ਸ਼ੁਕਰੀਆ। ਸਰ ਕਹਿੰਦੇ ਹੁੰਦੇ ਆ ਕਿ ਜਿਹੜੀ ਸ਼ੁਰੂਆਤ ਹੁੰਦੀ ਹੈ ਬੰਦੇ ਦੀ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ। ਹੌਲੀ-ਹੌਲੀ ਇਨਸਾਨ ਜਦੋਂ ਆਪਣੀ ਜਵਾਨੀ ਅਵਸਥਾ ਬਿਲ ਬਦਦਾ ਉਸ ਤੋਂ ਅੱਗੇ ਵੱਧਦਾ ਤੇ ਜਿਹੜਾ ਉਹਦਾ ਸਫ਼ਰ ਹੈ ਜ਼ਿੰਦਗੀ ਦੇ ਸਫ਼ਰ ਦੇ ਨਾਲ-ਨਾਲ ਕਿੱਤੇ ਵੱਲ ਜਿਸ ਪਾਸੇ ਵੀ ਇਨਸਾਨ ਨੇ ਕਹਿੰਦੇ ਹੁੰਦੇ ਆ ਜਾਣਾ ਹੁੰਦਾ ਉਹਦਾ ਸਫ਼ਰ ਸ਼ੁਰੂ ਹੋ ਜਾਂਦਾ। ਸਰ ਮੈਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਤੁਹਾਡਾ ਜਿਹੜਾ ਸ਼ੁਰੂਆਤੀ ਸਫ਼ਰ ਹੈਗਾ ਤੁਹਾਡੀ ਮੁੱਢਲੀ ਸਿੱਖਿਆ ਜਨਮ ਉਹਦੇ ਬਾਰੇ ਜਾਨਣਾ ਚਾਹੂੰਗੀ ਸਾਡੇ ਪਾਠਕਾਂ ਨੂੰ ਅਸੀਂ ਦੱਸਣਾ ਚਾਹਾਂਗੇ। ਜੀ। ਮੇਰਾ ਬਰਥ ਜਿਹੜਾ ਉਹ ਆਲਮਗੀਰ ਪਿੰਡ ਦੇ ਵਿੱਚ ਹੋਇਆ। ਹਾਂ। ਵੈਸੇ ਮੇਰਾ ਨਾਨਕਾ ਪਿੰਡ ਹੈ। ਜੀ। ਮੇਰਾ ਪੇਰੈਂਟਸ ਵੱਲੋਂ ਜੋ ਪਿੰਡ ਹੈ ਉਹ ਹੈ ਲੋਂਗੋਵਾਲ। ਜੀ। ਸੋ ਲੋਂਗੋਵਾਲ ਦੀ ਧਰਤੀ ਦੇ ਉੱਤੇ ਮੈਂ 5ਵੀਂ ਕਲਾਸ ਤੱਕ ਜੀ ਪੜਦਾ ਰਿਹਾ। ਹਾਂ। ਉਸ ਤੋਂ ਬਾਅਦ ਸਾਡਾ ਪਰਿਵਾਰ ਲੁਧਿਆਣਾ ਸ਼ਿਫਟ ਕਰ ਗਿਆ ਸੀ। ਹਾਂ। ਲੁਧਿਆਣਾ ਆ ਕੇ ਮੈਂ ਰਾਮਗੜੀਆ ਸਕੂਲ 'ਚ ਪੜਿਆ। ਹਾਂ। ਉਸ ਤੋਂ ਬਾਅਦ ਵਿਸ਼ਵਕਰਮਾ ਸਕੂਲ ਤੋਂ ਮੈਂ 10ਵੀਂ ਕੀਤੀ। विश्वकर्मा स्कूल नम तौर पर कहते आई एस पीसीएस नर्सरी है तो काफी अच्छे अच्छे विद्यार्थी हूं भी कोई आई एस कोई आई आर एस बच्चे है मेरे जेडे कोलीग्स ने सीनियर थोड़े मोटे तो आ, उस तो बाद मैं जॉब करने लगा आई टी आई करके एग्रीकल्चर यूनिवर्सिटी भी जॉब की ਈਵਨਿੰਗ ਗਵਰਨਮੈਂਟ ਈਵਨਿੰਗ ਕਾਲਜ ਦੇ ਵਿੱਚ ਮੈਂ ਉੱਥੇ ਪੜ੍ਹਦਾ ਰਿਹਾ ਬੀਏ ਮੈਂ ਉੱਥੋਂ ਕੀਤੀ ਬਟ ਪਰ ਮਿਹਨਤੀ ਸੀ ਹਾਂ ਬਹੁਤ ਜ਼ਿਆਦਾ ਸਫਰ ਔਖਾ ਸੀ ਜ਼ਿੰਦਗੀ ਦਾ ਇਹ ਹਾਂ ਤਾਂ ਫਰਸਟ ਡਿਵੀਜ਼ਨ 64% ਨੰਬਰ ਸੀ ਮੇਰੇ ਜੀ ਬੀਏਚੂ ਜੀ ਜਰਨੈਲ ਸਿੰਘ ਅਨੰਦ ਦਾ ਜਿਹੜਾ ਇਹ ਫਰਸਟ ਡਿਵੀਜ਼ਨ ਵਾਲਾ ਸਫਰ ਆ ਇਹਦੇ ਪਿੱਛੇ ਇਹਦੇ ਪਿਛੋਕੜ ਦੇ ਵਿੱਚ ਮਾਪੇ ਪਰਿਵਾਰ ਉਹਨਾਂ ਨੇ ਕਿਸ ਤਰ੍ਹਾਂ ਦੀ ਸੇਧ ਦੇ ਕੇ ਜਰਨੈਲ ਸਿੰਘ ਨੂੰ ਇੱਧਰ ਨੂੰ ਤੋਰਿਆ ਮੇਰੇ ਫਾਦਰ ਸਾਹਿਬ ਬਸਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀਗੇ ਹਾਂ ਪਰ ਉਹ ਇੱਕ ਬਹੁਤ ਵਧੀਆ ਇਨਸਾਨ ਸੀ ਜੀ ਅਚਾਈ 'ਚ ਵਿਸ਼ਵਾਸ ਰੱਖਦੇ ਸੀ ਹਾਂ ਔਰ ਉਹੀ ਚੀਜ਼ਾਂ ਸੀ ਜਿਹੜੀਆਂ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਬਣੀਆਂ ਹਾਂ ਉਹ ਵੀ ਮਿਹਨਤ ਕਰਦੇ ਸੀਗੇ ਹਾਂ ਮਿਹਨਤਕਸ਼ ਸੀਗੇ ਹਾਂ ਤੋਂ ਉਹ ਮਿਹਨਤ ਕਰਨ ਦੀ ਆਦਤ ਮੇਰੀ ਵੀ ਬਣੀ ਰਹੀ ਹਾਂ ਮੈਂ ਉਹ ਮਿਹਨਤ ਜਿਹੜੀ ਉੱਥੋਂ ਸਿੱਖੀ ਸੀ ਅੱਜ ਵੀ ਉਨੀ ਹੀ ਕਰ ਰਿਹਾ ਹਾਲਾਂਕਿ ਮੇਰੀ ਏਜ ਇਸ ਵੇਲੇ 68 69 ਹੈਗੀ ਹੈ ਪਰ ਮੈਂ ਨੌਨ ਸਟਾਪ ਕੰਮ ਹਾਲੇ ਵੀ ਕਰ ਲੈਣਾ ਤਾਂ ਮੈਂ ਗਵਰਨਮੈਂਟ ਕਾਲਜ ਦੇ ਵਿੱਚ ਵੀ ਦਿਨ ਰਾਤ ਪੜ੍ਹਦਾ ਰਿਹਾ ਦਿਨੇ ਕੰਮ ਕਰਨਾ ਰਾਤ ਨੂੰ ਪੜ੍ਹਨਾ ਅੱਧੀ ਰਾਤ ਉੱਠ ਕੇ ਆਪਦੀ ਸਟੱਡੀ ਕਰਨੀ ਮਿਹਨਤ ਕਰਨੀ ਤਾਂ ਐਮਏ ਮੇਰੀ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੈ ਉਹ ਕੋਰਸਪੋਂਡੈਂਸ ਰਾਹੀਂ ਤੇ ਉਹਦੇ ਵਿੱਚ ਮੈਂ ਅੱਛੇ ਨੰਬਰ ਲੈ 55% ਨੰਬਰ ਲੈ ਤਾਂ ਮੈਨੂੰ ਲੈਕਚਰਰ ਦੀ ਨੌਕਰੀ ਮਿਲੀ ਜੀ ਪਰ ਉਸ ਦੌਰਾਨ ਜਦੋਂ ਮੈਂ ਉਹ ਕਰ ਰਿਹਾ ਸੀ ਐਮਏ ਹਾਂ ਪੰਜਾਬੀ ਯੂਨੀਵਰਸਿਟੀ ਤੋਂ ਉਸ ਵੇਲੇ ਮੈਂ ਪੰਜਾਬ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ਆਫਿਸ 'ਚ ਕੰਮ ਕਰਦਾ ਹੁੰਦਾ ਸੀ ਸਟੂਡੈਂਟ ਸੈਂਟਰ 'ਚ ਜੀ ਉਹ ਬਹੁਤ ਵਧੀਆ ਜਗ੍ਹਾ ਹੈ ਜਿੱਥੇ ਮੈਨੂੰ 2 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਜੀ ਉਸ ਵੇਲੇ ਮੈਂ ਐਮਏ ਕੀਤੀ ਹਾਂ ਤੋਂ ਉਸ ਤੋਂ ਬਾਅਦ ਮੈਨੂੰ ਜੌਬ ਮਿਲੀ ਇੱਕ ਇੱਕ ਸਾਲ ਮੈਂ ਖਾਲਸਾ ਕਾਲਜ ਲੁਧਿਆਣਾ ਲਗਾਇਆ ਹਾਂ ਉੱਥੇ ਮੇਰੀ ਬੜੇ ਅੱਛੇ ਲੋਕਾਂ ਨਾਲ ਟੀਚਰਸ ਨਾਲ ਮਤਲਬ ਮੁਲਾਕਾਤ ਹੋਈ ਅੱਜ ਵੀ ਮੇਰੀਆਂ ਯਾਦਾਂ ਕਾਇਮ ਨੇ ਮੈਨੂੰ ਉਹ ਇਨਵਾਈਟ ਕੀਤਾ ਕਈ ਵਾਰੀ ਡਾਕਟਰ ਰਸਪੀ ਸਿੰਘ ਹੋਰੀ ਐਸਵੇਲੇ ਉਹਨਾਂ ਦੇ ਜੀ 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 ਪ੍ਰਧਾਨ ਹੈਗੇ ਆ ਹਮ ਤੋ ਉਸ ਤੋਂ ਬਾਅਦ ਫਿਰ ਵੀ ਪਰਮਨੈਂਟ ਜੌਬ ਲੱਗੀ ਜਾ ਕੇ ਗੁਰਨਾਨੰਗ ਕਾਲਜ ਕੇ ਲੈ ਵਾਲੀ ਗੁਰਮੰਡੀ ਦੱਬ ਵਾਲੀ ਹਮ ਉੱਥੇ ਮੈਂ 20 ਸਾਲ ਦੇ ਕਰੀਬ ਜਾਓ ਕੀਤੀ ਔਰ ਉੱਥੇ ਹੀ ਮੇਰਾ ਸਾਹਿਤਿਕ ਸਫਰ ਜਿਹੜਾ ਸੀ ਉਹ ਸ਼ੁਰੂ ਹੋਇਆ 1985 ਤੋਂ ਹਮ 85 86 ਦੇ ਵਿੱਚ ਮੇਰੀ ਪਹਿਲੀ ਕਿਤਾਬ ਆਈ ਮਾਨਸਟਰ ਵਿਦਨ ਉਹ ਮਤਲਬ ਕੁਆਜ਼ੀ ਫਿਕਸ਼ਨ ਹਾਫ ਫਿਕਸ਼ਨ ਹਾਂ ਤੇ ਉਹ ਸੀਗੀ ਹਾਫ ਫਿਕਸ਼ਨ ਦੀ ਕਿਤਾਬ ਸੀ ਫਿਰ ਸ਼ਾਰਟ ਸਟੋਰੀਜ਼ ਦੀ ਬੁੱਕ ਆਈ ਜੀ ਹੌਲੀ ਹੌਲੀ ਉਹ سلسلہ ਚੱਲਦਾ ਗਿਆ ਔਰ 2000 ਚ ਮੇਰੀ ਪੋਸਟਿੰਗ ਡੀਵੀ ਕਾਲਜ ਚ ਬਠਿੰਡੇ ਹੋ ਗਈ ਸੀ ਜੀ ਐਜ਼ ਲੈਕਚਰਰ ਹਾਂ ਔਰ 2000 ਦੇ ਵਿੱਚ ਮੈਂ ਪੀ ਐਚ ਡੀ ਕਰ ਲਈ ਸੀ ਫਰੋਂ ਪੰਜਾਬ ਯੂਨੀਵਰਸਿਟੀ ਜੀ ਉਸ ਤੋਂ ਬਾਅਦ ਫਿਰ 2004 ਦੇ ਵਿੱਚ ਮੈਨੂੰ ਉਹਨਾਂ ਨੇ ਮੋ ਪ੍ਰਿੰਸੀਪਲ ਲਗਾਤਾ ਡੀਏਵੀ ਵਾਲਿਆਂ ਨੇ ਸਰ ਮੈਂ ਮੈਂ ਤੁਹਾਡੇ ਇਸ ਸਫ਼ਰ ਵੱਲ ਅੱਗੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਪਿਛਲੇ ਪੰਧ ਵੱਲ ਨੂੰ ਮੁੜਦੀ ਹਾਂ ਜਿਹੜਾ ਤੁਸੀਂ ਸਾਹਿਤ ਦੇ ਨਾਲ ਜੁੜੇ ਹੋ ਇੱਕ ਹੁੰਦਾ ਨਾ ਬਾਲਮਨ ਤੇ ਕੋਈ ਨਾ ਕੋਈ ਜਿਹੜੀ ਚੀਜ਼ ਹੈਗੀ ਆ ਕੋਈ ਧਾਰਾ ਜਾਂ ਕਰਦਾ ਮਾਹੌਲ ਜਾਂ ਵੈਸੇ ਕੋਈ ਕੁਦਰਤੀ ਤੌਰ ਤੇ ਇਨਸਾਨ ਦੇ ਅੰਦਰ ਹੁਨਰ ਹੁੰਦਾ ਜਿਹੜੀ ਤੁਹਾਨੂੰ ਲਿਖਣ ਦੀ ਚੇਟਕ ਜਾਂ ਪੜ੍ਹਨ ਦੀ ਚੇਟਕ ਉਹ ਕਿੱਦਾਂ ਲੱਗੀ ਸਹੀ ਤੁਸੀਂ ਸਵਾਲ ਕੀਤਾ ਇਹ ਜਾਨਣਾ ਵੀ ਜ਼ਰੂਰੀ ਸੀ ਜੀ 8ਵੀਂ 9ਵੀਂ ਕਲਾਸ ਜਦੋਂ ਮੈਂ ਸੀ ਵਿਸ਼ਕਰਮਾ ਸਕੂਲ ਲੁਧਿਆਣਾ ਤਾਂ ਉਸ ਸਕੂਲ ਦਾ ਬੜਾ ਅੱਛਾ ਮਾਹੌਲ ਸੀਗਾ ਸਾਨੂੰ ਦੋ ਬਹੁਤ ਹੀ ਵਧੀਆ ਟੀਚਰ ਮਿਲੇ ਸਾਡੇ ਜਿਹੜੇ ਪ੍ਰਿੰਸੀਪਲ ਸੀਗੇ ਸਾਹਬਿੰਦਰ ਸਿੰਘ ਉਹਨਾਂ ਨੇ 4 ਐਮਏ ਕੀਤੇ ਹੋਏ ਸੀਗੇ ਤੋ ਜਿਹੜੇ ਸਾਨੂੰ ਦੋ ਟੀਚਰ ਮਿਲੇ ਮੈਂ ਅੱਜ ਵੀ ਬੜੇ ਮਾਣ ਨਾਲ ਫਖਰ ਨਾਲ ਉਹਨਾਂ ਦਾ ਨਾਮ ਲੈਣਾ ਇਹਦਾ ਸਰ ਹਰਪਜਨ ਸਿੰਘ ਹਲਵਾਰ ਵੀ ਸੀਗੇ ਜਿਹੜੇ ਕਿ ਬਹੁਤ ਹੀ ਬਹੁਤ ਨਾਮਚੀਨ ਹਸਤੀ ਨਾਮ ਹਸਤੀ ਸੀਗੀ ਔਰ ਇੱਕ ਸਿਸਾ ਕੁਲਵੀਰ ਸਿੰਘ ਹਮ ਸੋ ਉਹਨਾਂ ਨੇ ਸਾਨੂੰ ਸਿਰਫ ਪੜ੍ਹਾਇ ਹੀ ਨਹੀਂ ਬਲਕਿ ਉਹਨਾਂ ਨੇ ਸਾਨੂੰ ਸਾਹਿਤ ਵੱਲ ਵੀ ਫੇਰੇ ਰਿਹਾ ਉਸ ਵੇਲੇ ਅਸੀਂ ਮੈਨੂੰ ਯਾਦ ਹੈ 8ਵੀਂ 9ਵੀਂ ਦੇ ਵਿੱਚ ਅਸੀਂ ਜਿਹੜਾ ਹੈ ਲਿਟਰੇਚਰ ਹੈਗਾ ਰਸ਼ੀਆ ਦਾ ਹਮ ਗੂਰ ਕੀ ਵਗੈਰਾ ਜੀ ਸਭ ਉਸ ਵੇਲੇ ਅਸੀਂ ਪੜ੍ਹ ਲੈ ਸੀਗੇ ਔਰ ਉਸੇ ਵੇਲੇ ਹੀ ਸਭ ਤੋਂ ਪਹਿਲਾਂ ਮੈਂ ਨਾਨਕ ਸਿੰਘ ਪੜ੍ਹਿਆ ਹਮ ਤੇ ਕੌਲ ਪੜ੍ਹਿਆ ਠੀਕ ਹੈ ਨਾ ਤਾਂ ਇਹਨਾਂ ਚੀਜ਼ਾਂ ਦੇ ਪ੍ਰਤੀ ਸਾਡੀ ਜਿਹੜੀ ਰੁਚੀ ਸੀ ਬਣ ਗਈ ਫਿਰ ਅਸੀਂ ਥੋੜਾ ਗਦਰ ਸਾਹਿਤ ਵੀ ਪੜਨ ਦਾ ਮੌਕਾ ਮਿਲਿਆ ਸਾਨੂੰ ਉਸ ਵੇਲੇ ਜੀ ਉਸ ਵੇਲੇ ਐਨਕਸੈਲਾਈਟ ਮੂਵਮੈਂਟ ਕਾਫੀ ਜ਼ੋਰ ਰਤ ਇਸੀ ਤੋ ਅਸੀਂ ਉਸ ਵੇਲੇ ਬਹੁਤ ਮਤਲਬ ਬੱਚੀ ਸੀ 9 10 ਵਿੱਚ ਕੋਈ ਜ਼ਿਆਦਾ ਸਮਝ ਨਹੀਂ ਹੁੰਦੀ ਜੀ ਪਰ ਪੜ ਕੇ ਸਾਨੂੰ ਮੈਂ ਜਿਹੜੀ ਫਰਸਟ ਹੈਂਡ ਰਾਈਟਿੰਗ ਸੀਗਾ ਭਗਤ ਸਿੰਘ ਹੋਰਾਂ ਦੀਆਂ ਉਹ ਸਾਰੀਆਂ ਅਸੀਂ ਪੜੀਆਂ ਉਸ ਵੇਲੇ ਸਰ ਮੇਰਾ ਇੱਕ ਸਵਾਲ ਹੈ ਕਿ ਜਦੋਂ ਜਿਹੜਾ ਰਸ਼ੀਅਨ ਸਾਹਿਤ ਹੈਗਾ ਹਨ ਉਹ ਮੈਂ ਦੇਖਿਆ ਜਿੰਨੇ ਸਾਹਿਤਕਾਰਾਂ ਨੇ ਪੜਿਆ ਉਹਨਾਂ ਦੀ ਲੇਖਣੀ ਤੇ ਉਹਨਾਂ ਦੀ ਕਹਿਣੀ ਦਾ ਕਾਫੀ ਜ਼ਿਆਦਾ ਬਾਕੀਆਂ ਨਾਲੋਂ ਕਾਫੀ ਜ਼ਿਆਦਾ ਅੰਤਰ ਹੋ ਜਾਂਦਾ ਜਿਹੜਾ ਰਸ਼ੀਅਨ ਸਾਹਿਤਾ ਇਹਦੀ ਐਸੀ ਕੀ ਖਾਸੀਅਤ ਆ ਜਿਹੜੀ ਇਹਦੀ ਵਿਚਾਰਧਾਰਾ ਵਾਕਿਆ ਨੂੰ ਅਲੱਗ ਹੋ ਜਾਂਦੀ ਹੈ ਦੇਖੋ ਰਸ਼ੀਆ ਦੇ ਵਿੱਚ ਆਪਦੇ ਸਾਹਿਤਕਾਰਾਂ ਨੂੰ ਜੀ ਅੱਜ ਵੀ ਹਮ ਹੀਰੋਜ਼ ਮੰਨਿਆ ਜਾਂਦਾ ਹੈ ਹਮ ਠੀਕ ਹੈ ਜਾਨੀ ਸਾਹਿਦ ਦਾ ਉਹਨਾਂ ਦੀ ਜ਼ਿੰਦਗੀ ਦਾ ਹਾਂ ਬਹੁਤ ਗਹਿਰਾ ਸਬੰਧ ਹੈਗਾ ਤੋ ਇਹ ਹੀ ਚੀਜ਼ ਹੈ ਜਿਹੜੀ ਕਿਉਂਕਿ ਉਹ ਰੀਅਲਿਸਟਿਕ ਸੀਗੇ ਜੀ ਆਪਣੀ ਰੀਅਲਿਜ਼ਮ ਰਿਅਲਿਟੀਵਾਦ ਦੇ ਨੇੜੇ ਸੀਗੇ ਇਸੇ ਕਰਕੇ ਹੀ ਉਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਮਨ ਦੇ ਉੱਤੇ ਪ੍ਰਭਾਵ ਪਾਉਂਦੀ ਸੀ ਦੂਸਰੀ ਗੱਲ ਇਹ ਵੀ ਸੀ ਵੀ ਉਸ ਵੇਲੇ ਰਸ਼ੀਅਨ ਸਾਮਰਾਜ ਸੀ ਜਿਹੜਾ ਹੂੰ ਉਹ ਆਪਣੀ ਲਿਟਰੇਚਰ ਨੂੰ ਫ੍ਰੀਲੀ ਅਵੇਲੇਬਲ ਕਰ ਰਿਹਾ ਸੀ ਹੂੰ ਉਹ ਉਹ ਉਸ ਸਮੇਂ ਦਾ ਸਾਹੇਦ ਦਾ ਦੌਰ ਸੀਗਾ ਉਸ ਸਿਖਰਾਂ ਤੇ ਸੀਗਾ ਉਹ ਉਸ ਵੇਲੇ ਨਾ ਜੀ ਬੇਸਿਕਲੀ ਕੀ ਹੈ ਕਿ ਉਸ ਵੇਲੇ ਜਿਹੜੇ ਰਸ਼ੀਅਨ ਫਲਸਫੀਸ ਸੀਗੀ ਜੀ ਲੈਨਨਿਜ਼ਮ ਤੇ ਮਾਰਕਸਿਜ਼ਮ ਇਹਨਾਂ ਦਾ ਦੌਰ ਸੀਗਾ ਉਸ ਵੇਲੇ ਬਹੁਤ ਲੋਕ ਉਸ ਵੇਲੇ ਪੜ੍ਹਦੇ ਸੀ ਉਹ ਲੈਫਟਿਜ਼ਮ ਜਿਹਨੂੰ ਅੱਪ ਕਹਿੰਦੇ ਆ ਲੈਫਟਿਸਟ ਲੋਕ ਪੜ੍ਹਦੇ ਸੀਗੇ ਔਰ ਉਹ ਝੋਲਾ ਪਾ ਕੇ ਉਹਦੇ ਵਿੱਚ ਕਿਤਾਬਾਂ ਰੱਖਣ ਦਾ ਇੱਕ ਰਿਵਾਜ ਸੀਗਾ ਉਸ ਯੁੱਗ ਦੇ ਵਿੱਚੋਂ ਅਸੀਂ ਲੰਘ ਕੇ ਆਇਆ ਹਾਂ ਹਾਂ ਉਦਾਸ ਰਹੀ ਮੈਂ ਤੁਹਾਨੂੰ ਕਹਿ ਸਕਦਾ ਕਿ ਹੁਣ ਤੱਕ ਜਿਹੜਾ ਚੱਲ ਚੱਲ ਰਿਹਾ ਹਾਲਾਂਕਿ ਮੈਂ ਡਾਇਰੈਕਟਲੀ ਇਹਨਾਂ ਚੀਜ਼ਾਂ 'ਚ ਕੋਈ ਜ਼ਿਆਦਾ ਵਿਸ਼ਵਾਸ ਨਹੀਂ ਰੱਖਦਾ ਮੈਂ ਬੜੇ ਜ਼ਰੂਰ ਹਾਂ ਪਰ ਮੈਂ ਇੱਕ ਆਪਣੀ ਇੰਡੀਪੈਂਡੈਂਟ ਸੋਚ ਵਾਲਾ ਵਿਅਕਤੀ ਹਾਂ ਤਾਂ ਮੈਂ ਸਾਡੇ ਉੱਤੇ ਜੇ ਕੋਈ ਅਸਰ ਹੈ ਤਾਂ ਇਹ ਹੈ ਕਿ ਇਨਜਸਟਿਸ ਹੈ ਜਿਹੜਾ ਸਮਾਜ ਦਾ ਉਹ ਕਰਤੂ ਹੁਣ ਚਾਹੀਦਾ ਤੇ ਉਹ ਕਰਨ ਚ ਉਹ ਉਸ ਦੀ ਉੱਤੇ ਅਸੀਂ ਕੰਪਰੋਮਾਈਜ਼ ਕਰਨ ਲਈ ਤਿਆਰ ਨਹੀਂ ਹੈ ਰਸ਼ੀਅਨ ਸਾਹਿਤ ਦੀ ਗੱਲ ਬਾਤ ਜਿੱਥੋਂ ਕਿ ਕਹਿੰਦੇ ਆ ਕਿ ਵਿਚਾਰਧਾਰਾ ਚੱਲਦੀ ਹੈ ਹਨ ਤੁਸੀਂ ਕਿਹਾ ਕਿ ਤੁਸੀਂ ਸਿੱਧੇ ਤੌਰ ਤੇ ਪ੍ਰਭਾਵ ਨਹੀਂ ਕਬੂਲਿਆ ਮੈਂ ਉਸੇ ਗੱਲ ਬਾਤ ਨੂੰ ਅੱਗੇ ਵਧਾਉਣਾ ਚਾਹੁੰਗਾ ਹਾਂਜੀ ਦੱਸੋ ਕੇਰਲ ਹਾਂਜੀ ਕੇ ਸਰ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਉਸ ਸਮੇਂ ਦੇ ਵਿੱਚ ਰਸ਼ੀਅਨ ਸਾਹਿਤ ਪੜ੍ਹਿਆ ਜੋ ਰੂਸ ਦੇ ਵਿੱਚ ਉਸ ਸਮੇਂ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਸੀਗਾ ਉਹਦਾ ਇੱਕ ਪ੍ਰਭਾਵ ਪਿਆ ਤੁਹਾਡੇ ਤੇ ਐਸੀ ਕਿਹੜੀ ਰਚਨਾ ਸੀਗੀ ਜਿਨੇ ਤੁਹਾਨੂੰ ਟੁੰਬਿਆ ਜਾਂ ਕੋਈ ਖਾਸ ਲੇਖਕ ਹੋਵੇ ਜਾਂ ਉਹਨਾਂ ਦੀ ਕੋਈ ਵਿਚਾਰਧਾਰਾ ਹੋਵੇ ਦੇਖੋ ਇਸ ਤਰ੍ਹਾਂ ਹਾਂ ਕਿਉਂਕਿ ਪਹਿਲੀ ਗੱਲ ਤੇ ਹੈ ਕਿ ਉਸ ਵੇਲੇ ਅਸੀਂ ਬਹੁਤ ਛੋਟੇ ਸੀ ਹਾਂ ਠੀਕ ਹੈ ਨਾ ਜਿਹੜੀ 8ਵੀਂ 9ਵੀਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਮੈਂਟਲ ਗਰੋਥ ਨਹੀਂ ਹੋਈ ਹੁੰਦੀ ਪਰ ਕਿਤੇ ਨਾ ਕਿਤੇ ਬਾਲ ਮਨ ਚ ਕੋਈ ਨਾ ਕੋਈ ਤਾਂ ਜ਼ਿਆਦਾਤਰ ਉਸ ਵੇਲੇ ਅਸੀਂ ਗੋਰਖੀ ਦੀ ਜਿਹੜੀ ਮਦਰ ਮਾਂ ਉਹ ਸ਼ੌਕ ਨਾਲ ਪੜਦੇ ਸੀਗੇ ਇਸੇ ਤਰ੍ਹਾਂ ਹੀ ਮੈਂ ਬਹੁਤ ਸ਼ੌਕ ਨਾਲ ਸਚ ਨੂੰ ਫੰਸੀ ਨਵਲ ਤੇ ਨਾਨਕ ਸਿੰਘ ਹੋਰਾਂ ਦਾ ਬਹੁਤ ਲਿਟਰੇਚਰ ਪੜਿਆ ਔਰ ਇਸੇ ਤਰ੍ਹਾਂ ਹੀ ਭਾਈ ਵੀਰ ਸਿੰਘ ਹੋਰਾਂ ਦਾ ਲਿਟਰੇਚਰ ਪ੍ਰੋਫੈਸਰ ਪੂਰਨ ਸਿੰਘ ਇਹ ਪੰਜਾਬੀ ਦੇ ਸਾਰੇ ਅਸੀਂ ਉਸ ਵੇਲੇ 8ਵੀਂ 9ਵੀਂ ਚ ਇਹਨਾਂ ਨੂੰ ਪੜ ਚੁੱਕੇ ਸੀ ਪੜ ਚੁੱਕੇ ਸੀ ਔਰ ਉਹ ਉਹ ਚੀਜ਼ਾਂ ਨੇ ਜਿਹੜੀਆਂ ਸਿੱਖੇ ਇਤਿਹਾਸ ਦੇ ਬਾਰੇ ਬਹੁਤ ਸਾਰੀ ਜਿਹੜੀ ਗਰਾਉਂਡਿੰਗ ਜਿਹੜੀ ਹੈ ਉਸ ਵੇਲੇ ਹੋ ਜਾਂਦੀ ਹੈ ਭਾਈ ਵੀਰ ਸਿੰਘ ਦੇ ਉਹ ਨਾਵਲ ਪੜਨ ਨਾਲ ਵਿਜੇ ਸਿੰਘ ਸੁੰਦਰੀ ਹ ਹ ਅਧਿਆਤਮਵਾਦੀ ਵੀ ਹਾਂ ਉਹ ਚੀਜ਼ਾਂ ਅਸਰ ਪਾਉਂਦੀਆਂ ਨੇ ਕਿਉਂਕਿ ਉਹ ਅਧਿਆਤਮ ਦੇ ਵਿੱਚੋਂ ਹੀ ਨਿਕਲਦੀਆਂ ਨੇ ਹੂੰ ਤੋਂ ਇਸ ਤਰ੍ਹਾਂ ਫਿਰ ਅੱਗੇ ਜਦੋਂ ਅਸੀਂ ਚੱਲਦੇ ਹਾਂ ਜੀ ਫਿਰ ਲਿਖਣ ਦਾ ਦੌਰ ਸ਼ੁਰੂ ਹੁੰਦਾ ਹੈ ਲਿਖਣ ਦਾ ਦੌਰ ਥੋੜਾ ਟਾਈਮ ਲੈਂਦਾ ਕਿਉਂਕਿ ਮੇਰੇ ਲਈ ਜ਼ਿੰਦਗੀ ਬਹੁਤ ਜ਼ਿਆਦਾ ਸਟਰਗਲ ਸਮ ਸੀ ਫੈਮਿਲੀ ਦੇ ਬਲੋਂ ਹਮ ਪਾਵਰਟੀ ਕਹਿ ਸਕਦੇ ਆਪਾਂ ਮਤਲਬ ਇਟ ਵਾਸ ਜੀ ਬਹੁਤ ਲੜਾਈ ਸੀ ਜ਼ਿੰਦਗੀ ਦੇ ਵਿੱਚ ਜਦੋਂ ਮੈਨੂੰ ਕਰਨ ਸਰ ਜਿੱਦਾਂ ਕੀ ਹੁੰਦਾ ਜਦੋਂ ਸ਼ੁਰੂਆਤੀ ਸਫਰ ਹੁੰਦੇ ਆ ਸਫਰ ਹਮੇਸ਼ਾ ਸੰਘਰਸ਼ਾਂ ਦੇ ਨਾਲ ਚੱਲਦੇ ਆ ਤਾਂ ਉਸ ਤੋਂ ਪਹਿਲਾਂ ਜਿੱਥੇ ਇੱਕ ਸਾਹੇਦ ਦੀ ਚिटਕ ਲੱਗੀ ਚੰਗੀ ਨੀਂਦ ਤੋਂ ਰਿਡਿਊਸ ਰਹੀ ਆ ਕਿ ਅੱਗੇ ਵੱਡਾ ਮਹਿਲ ਉਸਰਨਾ ਸਾਹਿਤ ਦਾ ਸਾਹਿਤ ਦੇ ਨਾਲ ਜੁੜਨਾ ਸਾਹਿਤ ਦੇ ਵਿੱਚ ਆ ਕੇ ਇੱਕ ਵੱਡਾ ਨਾਮ ਕਮਾਉਣਾ ਤੇ ਦੂਸਰੇ ਪਾਸੇ ਪਰਿਵਾਰਕ ਜ਼ਿੰਮੇਵਾਰੀਆਂ ਕਿਤੇ ਕਹਿੰਦੇ ਹੁੰਦੇ ਆ ਦੋਨਾਂ ਪੂੜਾਂ ਦੇ ਵਿਚਕਾਰ ਜਰਨੈਲ ਸਿੰਘ ਆਨੰਦ ਨੇ ਕਿਹੜੇ ਸੂਰਤੇ ਹਾਲਚ ਆਪਣੇ ਆਪ ਨੂੰ ਅੱਗੇ ਵਧਾਇਆ ਅਸਰੇ ਮੇਰੀ ਵਾਈਫ ਉਹ ਵੀ ਪੀ ਐਚ ਡੀ ਸੀ ਇੰਗਲਿਸ਼ ਦੇ ਵਿੱਚ ਸੋਰੀ ਪੰਜਾਬੀ ਦੇ ਵਿੱਚ ਜੀ ਸੋ ਸਾਡੇ ਘਰ ਦਾ ਮਾਹੌਲ ਜਿਹੜਾ ਸੀ ਕੋਈ ਇਦਾਂ ਦਾ ਮਤਲਬ ਇਦਾਂ ਦੀ ਕੋਈ ਸਮੱਸਿਆ ਵਾਲੀ ਗੱਲ ਹੈ ਨਹੀਂ ਸੀ ਪ੍ਰੋਫੈਸਰ ਲੱਗਣ ਦੇ ਨਾਲ ਇੱਕ ਸੋਸ਼ਲ ਰੈਕਗਨਿਸ਼ਨ ਇੱਕ ਚੰਗਾ ਸਟੇਟਸ ਮਿਲ ਜਾਂਦਾ ਹੈ ਹਾਂਜੀ ਉੱਥੇ ਜਿਹੜਾ ਕਾਲਜ ਸੀ ਡਬਲਵਿਡਾਲ ਗੁਰਨਾਨਕ ਕਾਲਜ ਕਿਲੇਵਾਲੀ ਦਾ ਉਹਦੇ ਵਿੱਚ ਬਹੁਤ ਅੱਛੇ ਅੱਛੇ ਟੀਚਰ ਸੀਗੇ ਹਾਈਲੀ ਕੁਆਲੀਫਾਈਡ ਹਾਂ ਅੱਛਾ ਮਾਹੌਲ ਸੀਗਾ ਜੀ ਇਹ ਜਿਹਾ ਮਾਹੌਲ ਸੀ ਕਿ ਉੱਥੋਂ ਮੈਨੂੰ ਆਉਣ ਨੂੰ ਜੀ ਨਹੀਂ ਸੀ ਕਰ ਰਿਹਾ ਮਤਲਬ ਜਦੋਂ ਵਾਰੀ ਮੈਨੂੰ ਆਫਰਸ ਵੀ ਆਈਆਂ ਵੀ ਵਾਪਸ ਆ ਜਾਓ ਜੇ ਔਰਨਾਤਕਾਲਸ ਕਾਲਜ ਪਰ ਮੈਨੂੰ ਲੱਗਿਆ ਵੀ ਇਹ ਇੱਕ ਬਹੁਤ ਵਧੀਆ ਜਗ੍ਹਾ ਹੈਗੀ ਆ ਵੀ ਠੀਕ ਹੈ ਸੋ ਮੇਰਾ ਉਸੇ ਵੇਲੇ ਮੈਂ ਜਿਹੜੀ ਰਾਈਟਿੰਗ ਸ਼ੁਰੂ ਕਰ ਦਿੱਤੀ ਸੀਗੀ ਹੂੰ ਸੋ ਮੈਨੂੰ ਕੋਈ ਇਦਾਂ ਦੀ ਘਰ ਵੱਲੋਂ ਕਿਸੇ ਤਰ੍ਹਾਂ ਦੀ ਸਮੱਸਿਆ ਮਹਿਸੂਸ ਨਹੀਂ ਹੋਈ ਦੇ ਸਰ ਇਹ ਇੱਕ ਕਹਿੰਦੇ ਹੁੰਦੇ ਬੜਾ ਅਮੀਰੀ ਗੁਣ ਹੁੰਦਾ ਕਿ ਤੁਸੀਂ ਸੰਘਰਸ਼ਾਂ ਦੇ ਦੌਰ ਵਿੱਚ ਵੀ ਆਪਣੇ ਸ਼ੌਂਕ ਨੂੰ ਆਪਣੀ ਲਗਨ ਨੂੰ ਕਾਇਮ ਰੱਖਦੇ ਹੋ ਸਰ ਜਿੱਦਾਂ ਕਿ ਹੁਣ ਅਸੀਂ ਜਿਹੜੀ ਸਾਹਿਤਿਕ ਸਫ਼ਰ ਦੀ ਗੱਲ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਤੁਸੀਂ 40 ਸਾਲ ਅਧਿਆਪਨ ਨੂੰ ਦਿੱਤੇ ਆ ਅਧਿਆਪਨ ਦੇ 40 ਸਾਲਾਂ ਦੇ ਵਿੱਚ ਨਿਰੰਤਰ ਰੂਪ ਵਿੱਚ ਤੁਸੀਂ ਸਾਹਿਤ ਨਾਲ ਜੁੜੇ ਰਹੇ ਲਗਾਤਾਰ ਤੁਸੀਂ ਸਿਰਜਣਾ ਕਰਦੇ ਰਹੇ ਜਦ ਤੱਕ ਮੈਂ 2015 ਚ ਰਿਟਾਇਰ ਹੋਇਆ ਐਸ ਪ੍ਰਿੰਸੀਪਲ ਉਸ ਵਕਤ ਤੱਕ ਮੇਰੀਆਂ 40 45 ਦੇ ਕਰੀਬ ਕਿਤਾਬਾਂ ਸੀਗੀਆਂ ਹੂੰ ਠੀਕ ਹੈ ਉਸ ਤੋਂ ਬਾਅਦ ਫਿਰ ਥੋੜੀ ਦੇਰ ਮੈਂ ਇੱਕ ਦੋ ਕਾਲਜੇਜ਼ ਦੇ ਵਿੱਚ ਐਸ ਡਾਇਰੈਕਟਰ ਵੀ ਰਿਹਾ ਜਿਸ ਤਰ੍ਹਾਂ ਐਸ ਜੀ ਪੀ ਸੀ ਦਾ ਕਾਲਜ ਸੀ ਹੂੰ ਪਾਈਪਗਤਾ ਪਗ ਭਗਤਾ ਭਾਈ ਦਾ ਹਾਂਜੀ ਉੱਥੇ ਮੈਂ 1 ਸਾਲ ਐਸ ਪ੍ਰਿੰਸੀਪਲ ਲਗਾਇਆ ਉਸ ਤੋਂ ਬਾਅਦ ਅਮਲੋਟ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਕਾਲਜ ਤੇ ਉੱਥੇ ਮੈਂ 5 ਸਾਲ ਲਾਇਆ ਕੁਝ ਸਾਲ ਐਸ ਡਾਇਰੈਕਟਰ ਤੇ ਐਸ ਪ੍ਰਿੰਸੀਪਲ ਸੋ ਮੈਂ ਇਸ ਸਮੇਂ ਦੇ ਦੌਰਾਨ ਕਿਉਂਕਿ ਮੈਨੂੰ ਕੋਈ ਰੁਕਣ ਵਾਲੇ ਨਹੀਂ ਸੀਗਾ ਹਾਂ ਤੋ ਮੈਂ ਰਿਟਾਇਰ ਹੋਣ ਤੋਂ ਬਾਅਦ ਨਾ ਆਈ ਬੀਕਮ ਫੁੱਲ ਟਾਈਮ ਟੂ ਰਾਈਟਿੰਗ ਹਾਂ ਸੋ ਉਸ ਤੋਂ ਬਾਅਦ ਇੱਕਦਮ ਜਿਹੜੀ ਸਪੀਡ ਸੀ ਹਾਂ ਇਸ ਨੇ ਪਕੜੀ ਮੈਨੂੰ ਯਾਦ ਹੈ ਕਿ ਪਿਛਲੇ ਅ ਪਰ ਜੇ 21st 21 ਜਾਂ 22 ਦੇ ਵਿੱਚ ਜਦੋਂ ਮੈਂ ਚੈੱਕ ਕੀਤਾ ਤਾਂ ਇੱਕ ਸਾਲ ਦੇ ਵਿੱਚ 68 ਕਿਤਾਬਾਂ ਛਪੀਆਂ ਸੀ ਜੀ 62 ਹੂੰ ਤਾਂ ਮੈਂ ਖੁਦ ਮਤਲਬ ਮੈਂ ਜਦੋਂ ਨੰਬਰਿੰਗ ਕੀਤਾ ਤਾਂ ਅਹਿਸਾਸ ਹੋਇਆ ਵੀ 62 ਨੇ ਉਹਨਾਂ ਨੇ ਮੈਨੂੰ ਦੱਸਿਆ ਪ੍ਰਿੰਟਰਸ ਨੇ ਕਿ 62 ਹੈ ਗਿਆ ਜੀ ਸੋ ਉਸ ਤੋਂ ਬਾਅਦ ਫਿਰ ਇਹ ਨੰਬਰ ਵਧਦਾ ਚੱਲਾ ਗਿਆ ਹੂੰ ਤੋਂ ਕੋਈ ਮੈਨੂੰ ਤਾਂ ਕੋਈ ਰੁਕਣ ਵਾਲਾ ਹੈ ਨਹੀਂ ਸੀ ਮਤਲਬ ਮੈਨੂੰ ਤਾਂ ਇਸ ਤਰ੍ਹਾਂ ਵੀਰ ਡਾਕਟਰ ਵੀਰ ਏ ਬੇਸਿਕਲੀ ਮੈਂ ਕਵਿਆ ਜੀ ਠੀਕ ਹੈ ਨਾ ਮੈਂ ਪੰਜਾਬੀ ਚ ਵੀ ਲਿਖਿਆ ਹਾਂ ਅੰਗਰੇਜ਼ੀ ਚ ਵੀ ਲਿਖਿਆ ਹਾਂ ਔਰ ਅੰਗਰੇਜ਼ੀ ਦੀ ਕਪਤ ਮੈਨੂੰ ਜਿਆਦਾ ਫਲੂਐਂਟਲੀ ਆਉਂਦੀ ਹੈ ਪੰਜਾਬੀ ਚ ਆਲੇ ਫਿਰ ਬੜਾ ਮੋਟੋ ਸੋਚਣਾ ਪੈ ਜਾਂਦਾ ਪਰ ਜਦੋਂ ਆਉਂਦੀ ਹੈ ਫਿਰ ਉਹ ਮੈਂ ਮਤਲਬ ਪੰਜਾਬੀ ਚ ਵੀ ਲਿਖ ਦਿੰਦਾ ਜਦੋਂ ਮੇਰਾ ਮਨ ਕਰਦਾ ਕਿਤੇ ਤਾਂ ਮੈਂ ਹਿੰਦੀ ਚ ਵੀ ਲਿਖਦਾ ਪਰ ਮੋਸਟ ਆਫ ਦਾ ਟਾਈਮ ਮੈਂ ਅੰਗਰੇਜ਼ੀ ਚ ਲਿਖਦਾ ਮੇਰਾ ਸਰੇ ਇਥੇ ਸਵਾਲ ਆ ਰਿਹਾ ਕਿ ਜਿਹੜੀ ਤੁਹਾਡੀ ਰੂਹ ਹੈ ਉਹ ਪੰਜਾਬੀ ਨਾਲ ਚੱਲਦੀ ਹੈ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿੰਨ ਮਤਲਬ ਇਹ ਹੈਗਾ ਵੀ ਚਾਹੇ ਮੈਂ ਹੋਰ ਲਿਖਲਾ ਸੌਖਦਾ ਬਾ ਪਰ ਮੋਸਟ ਨੇਚਰਲੀ ਜਦੋਂ ਮੈਂ ਗੱਲ ਕਰੂੰਗਾ ਤਾਂ ਮੈਂ ਪੰਜਾਬੀ ਚ ਕਰੂੰਗਾ ਮੈਂ ਅੰਗਰੇਜ਼ੀ ਚ ਗੱਲ ਨਹੀਂ ਕਰਾਂ ਜੀ ਜੀ ਬਿਲਕੁਲ ਬਿਲਕੁਲ ਪਹਿਲਾਂ ਪੰਜਾਬੀ ਆਪਣੀ ਮਾਤ ਭਾਸ਼ਾ ਇਹੀ ਹੈਗੀ ਆ ਹਾਂ ਔਰ ਮੈਂ ਚਾਹੁੰਦਾ ਵੀ ਜਦੋਂ ਵੀ ਕੋਈ ਜ਼ਿਕਰ ਇਦਾਂ ਦੀ ਗੱਲ ਹੋਵੇ ਆਪਾਂ ਨੂੰ ਜੇ ਆਪਣੇ ਪੰਜਾਬੀ ਲੋਕ ਬੈਠੇ ਆ ਤਾਂ ਆਪਾਂ ਨੂੰ ਪੰਜਾਬੀ ਚ ਗੱਲ ਕਰਨੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਹਿੰਦੀ ਚ ਉਦੋਂ ਗੱਲ ਕਰੋ ਜਦੋਂ ਤੁਹਾਡੇ ਕੋਲੇ ਅਸਾਮ ਵਾਲੇ ਆਗੇ ਜਾਂ ਕੋਈ ਹੋਰ ਆਗੇ ਜਿਨ੍ਹਾਂ ਨੂੰ ਪੰਜਾਬੀ ਦੀ ਘੱਟ ਸਮਝ ਆਉਂਦੀ ਹੈ ਤੇ ਜੇ ਤੁਹਾਡੀ ਤੁਸੀਂ ਗੱਲ ਕਰਨੀ ਹੈ ਬਾਹਰਲੇ ਬੰਦੇ ਨਾਲ ਹਾਂ ਉਸ ਵੇਲੇ ਫਿਰ ਤੁਹਾਨੂੰ ਅੰਗਰੇਜ਼ੀ ਵੀ ਤੁਹਾਡੀ ਤਿਆਰ ਹੋਣੀ ਚਾਹੀਦੀ ਹੈ ਬਿਲਕੁਲ ਇਸ ਤਰ੍ਹਾਂ ਦਾ ਇਹ ਤਿੰਨੇ ਭਾਸ਼ਾਵਾਂ ਮਨੇ ਜਿਹੜੀਆਂ ਰੈਡੀ ਹੋਣਾ ਚਾਹੀਦਾ ਬਿਲਕੁਲ ਸਰ ਬਿਲਕੁਲ ਬਿਲਕੁਲ ਸੋ ਦਰਸ਼ਕੋ ਮੈਂ ਇੱਥੇ ਦੱਸਣਾ ਚਾਹਾਂ ਕਿ ਕਿ ਡਾਕਟਰ ਜਰਨੈਲ ਸਿੰਘ ਆਨੰਦ ਜੀ ਆ तकरीबन 161 ਕਿਤਾਬਾਂ ਇਹਨਾਂ ਨੇ ਸਾਹਿਤ ਦੀ ਝੋਲੀ ਪਾਈਆਂ ਨੇ ਤੇ ਵੱਡੀ ਗੱਲ ਹੈ ਜੀ ਇਹ ਕਿਤਾਬਾਂ ਅੰਗਰੇਜ਼ੀ ਵਿੱਚ ਵੀ ਨੇ ਤੇ ਪੰਜਾਬੀ ਵਿੱਚ ਵੀ ਨੇ ਤੇ ਇਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦਾ ਅਨੁਵਾਦ ਵੱਖ-ਵੱਖ ਪਛਾਵਾਂ ਦੇ ਵਿੱਚ ਹੋ ਚੁੱਕਾ ਇਹ ਸਾਡੇ ਪੰਜਾਬੀ ਸਾਹਿਤ ਲਈ ਬਹੁਤ ਮਾਣ ਦੀ ਗੱਲ ਹੈ ਸਰ ਜਿੱਦਾਂ ਮੈਂ ਮੇਰਾ ਇੱਕ ਸਵਾਲ ਹੈ ਤੁਹਾਡੀ ਇਹ ਕਿਤਾਬ ਹੈ ਲਸਟਸ ਤਾਂ ਜਿਹੜੀ ਇਹ ਕਿਤਾਬ ਆ ਇਹਦੇ ਬਾਰੇ ਮੈਂ ਕਾਫੀ ਸੁਣਿਆ ਸਾਹਿਤ ਦੇ ਵਿੱਚ ਵੀ ਇਹਦੀ ਚਰਚਾ ਹੋਈ ਹੈ ਗੱਲ ਕੀਤੀ ਗਈ ਹੈ ਲਸਟਸ ਦਾ ਪ੍ਰਿੰਸ ਆਫ ਡਾਰਕਨੈਸ ਇਹਦੇ ਚ ਇੱਕ ਸ਼ੈਤਾਨ ਦੀ ਗੱਲ ਕੀਤੀ ਗਈ ਹੈ ਮੈਂ ਇਹਦੇ ਬਾਰੇ ਬਹੁਤ ਸੰਖੇਪ ਚ ਜਾਨਣਾ ਚਾਹੂੰਗੀ ਹਮ ਅਸਲ ਚ ਮੈਂ ਇਹਦੇ ਬਾਰੇ ਇਹੀ ਕਹਿਣਾ ਪਸੰਦ ਕਰਾਂਗਾ ਕਿ ਲਸਟਸ ਲਸਟ ਤੋਂ ਬਣਿਆ ਸ਼ਬਦ ਹੈ ਹਮ ਲਸਟ ਮੀਨਸ ਭੁੱਖ ਹਵਸ ਹਮ ਹਰ ਤਰ੍ਹਾਂ ਦੀ ਜਿਹੜੀ ਭੁੱਖ ਹੈ ਹਮ ਇਹ ਰੀ ਅਜ ਆਦਮੀ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਹਮ ਉਹ ਸਾਰਾ ਕੁਝ ਮਿਲਾ ਕੇ ਲਸਟਸ ਬਣਦਾ ਠੀਕ ਹੈ ਨਾ ਸੋ ਲਸਟਸ ਜਿਹੜਾ ਇੱਕ ਇਸ ਤਰ੍ਹਾਂ ਦਾ ਸ਼ੈਤਾਨ ਹੈ ਜਿਹੜਾ ਕਿ ਪੈਰਾਡਾਈਜ਼ ਲੌਸਟ ਦੇ ਵਿੱਚ ਜਿਹੜਾ ਸਾਨੂੰ ਸ਼ੈਤਾਨ ਦੇਖਣ ਨੂੰ ਮਿਲਦਾ ਇਹ ਉਹਦਾ ਕਜ਼ਨ ਹੈ ਐਕਚੁਅਲੀ ਮੈਂ ਮੈਂ ਥੋੜਾ ਕਾਲਪਨਿਕ ਪਾਤਰ ਹੈ ਹਾਂ ਮੈਂ ਉਹੀ ਕਹਿ ਰਿਹਾ ਮੈਂ ਇਹੀ ਗੱਲ ਕਰ ਰਿਹਾ ਸੀ ਕਿ ਇਹ ਮਿਥੋਲੋਜੀ ਵਿੱਚ ਤੁਹਾਨੂੰ ਨਹੀਂ ਮਿਲੇਗਾ ਹਮ ਮੈਂ ਉਸ ਨੂੰ ਨਿਊ ਮਾਈਥੋਲੋਜੀ ਕਹਿੰਨਾ ਕਿਉਂਕਿ ਬਹੁਤ ਕੁਝ ਮੈਂ ਖੁਦ ਕ੍ਰੀਏਟ ਕੀਤਾ ਠੀਕ ਹੈ ਨਾ ਨਵ ਮਿਥਿਆਸ ਹਾਂ ਨਵ ਮਿਥਿਆਸ ਯੈਸ ਤਾਂ ਇੱਕ ਮੈਯੋ ਦਾ ਕਜ਼ਨ ਬਣਾਇਆ ਹੀ ਇਜ਼ ਅ ਯੰਗ ਕਜ਼ਨ ਆਫ ਸੈਟਨ ਤੇ ਇਹਦੇ ਸਰੋਕਾਰ ਅੱਜ ਦੇ ਸਮੇਂ ਦੇ ਹਿਸਾਬ ਨਾਲ ਹੋਰ ਨਹੀਂ ਬਿਲਕੁਲ ਜਿਹੜਾ ਸੈਟਨ ਸੀ ਪੁਰਾਣਾ ਉਹ ਇੱਕ ਸੁਲਝਾ ਹੋਇਆ ਵਿਲਨ ਸੀਗਾ ਹਾਂ ਔਰ ਉਹ ਰਬ ਤੋਂ ਡਰਦਾ ਵੀ ਸੀ ਹਾਂ ਤੇ ਜាលੀ ਉਹਨੇ ਜਦੋਂ ਉਹ ਈਵ ਨੂੰ ਜਾ ਕੇ ਉਹ ਟੈਂਪਟ ਕਰਦਾ ਉਹ ਸਭ ਬਣ ਕੇ ਉਹਦੇ ਸੁਪਨੇ ਚ ਜਾਂਦਾ ਹੈ ਮਤਲਬ ਸਿੱਧਾ ਜਾ ਕੇ ਉਹ ਉਹਨੂੰ ਕੁਝ ਟੈਂਪਟੇਸ਼ਨ ਨਹੀਂ ਕਰਦਾ ਠੀਕ ਹੈ ਨਾ ਲੇਕਿਨ ਇਹ ਲਸਟ ਜਿਹੜਾ ਹੈ ਇਹ ਬਹੁਤ ਹੰਕਾਰੀ ਬਹੁਤ ਐਰੋਗੈਂਟ ਬਹੁਤ ਨਿੱਡਰ ਬਹੁਤ ਪਾਵਰਫੁਲ ਇੰਪੀਰੀਅਲਿਸਟ ਕਿਸਮ ਦਾ ਸ਼ੈਤਾਨ ਹੈ ਜਿਹਨੂੰ ਕਿਸੇ ਦੀ ਕੋਈ ਸ਼ਰਮ ਨਹੀਂ ਨਾ ਇਹਨੂੰ ਰੱਬ ਦਾ ਡਰ ਹੈ ਔਰ ਇਹ ਜਿਹੜਾ ਸ਼ੈਤਾਨ ਹੈ ਇਹੀ ਕਿਉਂਕਿ ਅਸੀਂ ਇੱਕ ਕਾਰਪੋਰੇਟ ਯੁੱਗ ਵਿੱਚ ਰਹ ਰਹੇ ਹਾਂ ਜੋ ਈਵਲ ਅਸੀਂ 2000 ਸਾਲ ਪਹਿਲਾਂ ਜਿਹਦੀ ਕਲਪਨਾ ਕਰਦੇ ਸੀ ਅੱਜ ਦੀ ਈਵਲ ਔਰ ਉਸ ਸਮੇਂ ਦੀ ਈਵਲ 'ਚ ਬਹੁਤ ਫਰਕ ਹੈ ਬਹੁਤ ਫਰਕ ਹੈ ਸੋ ਅੱਜ ਦੇ ਯੁੱਗ ਦੇ ਵਿੱਚ ਸਾਨੂੰ ਇੱਕ ਇਸ ਤਰ੍ਹਾਂ ਦਾ ਹੀ ਬਹੁਤ ਖੁੰਖਾਰ ਹੂੰ ਸ਼ੈਤਾਨ ਦੀ ਲੋਟ ਸੀ ਇੱਕ ਤਾਂ ਇਹ ਗੱਲ ਸੀ ਠੀਕ ਹੈ ਇਹ ਉਹ ਸ਼ੈਤਾਨ ਹੈ ਜਿਹੜਾ ਇਨਸਾਨ ਨੂੰ ਉਹਦੇ ਹੱਕਾਂ ਦੇ ਲਈ ਜਾਂ ਫਿਰ ਉਹਦੇ ਮਕਸਦ ਲਈ ਪ੍ਰੇਰਿਤਾਂ ਜਾਂ ਫਿਰ ਉਹਦੇ ਤੋਂ ਦੂਰ ਕਰਦਾ ਦੇਖੋ ਇਸ ਲਾਸਟਸ ਦੀ ਮੈਂ ਹੁਣ ਥੋੜੀ ਫਿਲਾਸਫੀ ਦੀ ਗੱਲ ਕਰ ਰਹੇ ਹਾਂ ਲਾਸਟਸ ਇਹ ਚਾਹੁੰਦਾ ਹੈ ਹਮ ਕਿ ਇਨਸਾਨ ਜਿਹੜਾ ਹਮ ਕਿਉਂਕਿ ਆਦਮੀਆਂ ਇੱਕ ਦੂਸਰ ਨੂੰ ਪਿਆਰ ਕਰਦੇ ਸੀ ਹਮ ਠੀਕ ਹੈ ਨਾ ਹਮ ਸੋ ਲਾਸਟਸ ਨੇ ਸੋਚਿਆ ਵੀ ਜੇ ਪਿਆਰ ਕਰਦੇ ਰਹਿਣਗੇ ਹਮ ਤਾਂ ਇਹ ਸ਼ਾਂਤ ਰਹਿਣਗੇ ਸੁਖੀ ਰਹਿਣਗੇ ਹਮ ਤੋ ਸੁਖੀ ਹੋ ਰਹਿਣਾ ਨਹੀਂ ਸੀ ਚਾਹੁੰਦਾ ਕਿ ਇਹ ਰਹਿਣ ਸੁਖੇ ਹਮ ਇਸ ਕਰਕੇ ਉਹਨੇ ਉਹਨੇ ਜਿਹੜੀ ਫਿਲਾਸਫੀ ਚੋੜੀ ਇਹ ਸੀ ਵੀ ਬੰਦੇ ਦਾ ਦਿਮਾਗ ਖਰਾਬ ਹੈ ਕਿਵੇਂ ਕਰਾਂ ਦਿਮਾਗ ਖਰਾਬ ਕਰਨ ਲਈ ਉਹਨੇ ਜਿਹੜੀ ਸਕੀਮ ਸੋਚੀ ਹਮ ਉਹੀ ਸੀ ਬਈ ਆਦਮੀ ਨੂੰ ਸੈਕਸਚੁਅਲੀ ਡਿਸਟਰਬ ਕਰ ਦੋ ਹਮ ਹਾਂ ਅਰ ਇਹਦੇ ਵਿੱਚ ਹੀ ਜ਼ਿਕਰ ਆਂਦਾ ਕਿ ਪਸ਼ੂ ਨੇ ਪੰਛੀ ਨੇ ਜਿਹੜੇ ਹਮ ਉਹ ਕਿਉਂ ਇੰਨੀ ਸੁਖਸ਼ਾਂਤੀ ਦੀ ਜ਼ਿੰਦਗੀ ਗੁਜ਼ਾਰ ਲੈਂਦੇ ਨੇ ਖਾਸ ਰਚਨਾ ਤੁਹਾਡੀ ਕ੍ਰਿਤ ਲਸਟਸ ਲਸਟਸ ਸ਼ੈਤਾਨ ਦੀ ਗੱਲ ਹੋ ਰਹੀ ਸੀ ਤੇ ਹੁਣ ਅਸੀਂ ਸ਼ੈਤਾਨ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਸੁਣਨੀ ਚਾਹੀਦੀ ਜੀ ਐਕਚੁਅਲੀ ਜਿਹੜਾ ਸ਼ੈਤਾਨ ਹੈ ਨਾ ਉਹ ਟੈਂਪਟ ਬਹੁਤ ਕਰਦਾ ਆਪਾਂ ਮਤਲਬ ਉਸ ਜਿਹੜੀ ਢਲਾਨ ਹੁੰਦੀ ਹੈ ਉਹ ਤੇ ਜਾਣਾ ਸੌਖਾ ਹੁੰਦਾ ਹੈ ਸੋ ਇਹ ਜਿੰਨੀ ਵੀ ਬੁਰਾਈ ਹੈ ਇੱਕ ਤਰ੍ਹਾਂ ਦੀ ਢਲਾਨ ਹੈਗੀ ਇਹਦੇ ਤੇ ਜਾਣਾ ਸੌਖਾ ਹੈ ਉੱਤੇ ਨੂੰ ਜਿਹੜੀ ਇਹ ਤਾਂ ਪਸੀਨਾ ਆਉਂਦਾ ਹੈ ਬਿਲਕੁਲ ਸੋ ਸ਼ੈਤਾਨ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਉਸ ਨੇ ਕੀ ਕੀਤਾ ਵੀ ਬੰਦੇ ਨੂੰ ਡਿਸਟਰਬ ਕਰਨ ਲਈ इमोਸ਼ਨਲੀ ਡਿਸਟਰਬ ਕਰਨ ਲਈ ਉਸ ਨੂੰ ਦਾ ਸੈਕਸ਼ੂਅਲ ਜਿਹੜਾ ਸੀਗਾ ਬੈਲੈਂਸ ਉਹ ਖਰਾਬ ਕਰਨ ਦੇ ਲਈ ਉਹਨੇ ਕਿਹਾ ਕਿ ਲਵ ਨਹੀਂ ਕਰਨ ਦੇਣਾ ਮੈਂ ਕਿਸੇ ਨੂੰ ਹਾਂ ਮੈਰਿਜ ਕਰੋ ਹੂੰ ਹੁਣ ਤੁਸੀਂ ਦੇਖੋ ਇਹ ਲਸਟਸ ਦੀਆਂ ਗੱਲਾਂ ਤੋਂ ਲੱਗਦਾ ਕਿ ਉਹ ਸਮਾਸ ਸੁਧਾਰਕ ਹੈ ਨਹੀਂ ਸੁਧਾਰਕ ਨਹੀਂ ਹੈਗਾ ਉਹ ਬਹੁਤ ਸ਼ਰਾਰਤੀ ਹੈ ਉਹਨੇ ਮੈਰਿਜ ਕਿਉਂ ਕਰਵਾਈਆ ਉਹਨੂੰ ਇਹ ਪਤਾ ਹੈ ਵੀ ਜਿਹੜੀ ਹੁਣ ਮੈਰਿਜ ਹੁੰਦੀ ਹੈ ਹੁਣ ਤਾਂ ਇਹ ਮੈਰਿਜ ਉੱਤੇ ਇੱਕ ਤਰ੍ਹਾਂ ਦਾ ਇੰਡਾਇਰੈਕਟ ਕਮੈਂਟ ਹੈ ਵੀ ਮੈਰਿਜ ਦੇ ਵਿੱਚ ਜਿਹੜੇ ਬੰਦੇ ਪਿਆਰ ਕਰਦੇ ਨੇ ਉਹਨਾਂ ਨੂੰ ਤਾਂ ਆਪੇ ਵਿਆਹ ਕਰਨ ਨਹੀਂ ਦਿੰਦੇ ਹਮ ਅਸੀਂ ਕੈਲਕੂਲੇਟ ਕਰਕੇ ਮੈਰਿਜ ਕਰ ਦਿਆ ਇਸ ਘਰ ਦੇਖੋ ਪਰਵਾਰ ਦੇਖੋ ਸਟੇਟਸ ਦੇਖੋ ਮੈਟ੍ਰਿਮੋਨਿਅਲ ਦੇ ਰਹੀ ਵਿਆਹ ਕਰਦਾ ਇਹ ਸ਼ੈਤਾਨ ਹੋ ਜਿਹੜਾ ਮੁਲਾਂਕਣ ਕਰਦਾ ਇਹ ਸ਼ੈਤਾਨ ਚਾਹੁੰਦਾ ਵੀ ਇਦਾਂ ਹੀ ਵਿਆਹ ਕਰਨ ਤਾਂ ਕਿ ਇਹਨਾਂ ਦੀ ਆਪਸ ਵਿੱਚ ਕਿਸੇ ਦੀ ਨਾ ਬਣੇ ਹੂੰ ਔਰ ਜੋ ਬੱਚੇ ਪੈਦਾ ਹੋਣ ਉਹ ਸਾਰੇ ਸ਼ੈਤਾਨ ਦੀ ਸੰਤਾਨ ਹੋਣ ਉਹ ਕਜੋੜ ਚਾਹੁੰਦਾ ਹੈ ਹਾਂ ਕਜੋੜ ਜਾਂਦਾ ਉਹ ਹੂੰ ਔਰ ਮੈਰਿਜ ਦੇ ਵਿੱਚ ਕਜੋੜ ਹੀ ਹੁੰਦਾ ਹੈ ਬੇਟੀ ਤੇ ਵੈਰੀ ਮਤਲਬ ਮੈਂ ਕਹਾਂਗਾ ਕਿ ਬਹੁਤ ਹੀ ਐਸਿਡਿਕ ਮੇਰਾ ਇਹ ਕਮੈਂਟ ਹੈ ਮੈਰਿਜ ਦੇ ਉੱਤੇ ਵੀ ਮੈਰਿਜ ਦੀ ਜਿਹੜੀ ਸੰਸਥਾ ਹੈਗੀ ਹੈ ਹੂੰ ਇਸ ਨੂੰ ਸੁਧਾਰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਅੱਜਕੱਲ ਜੋ ਅਸੀਂ ਜਿਵੇਂ ਸੀ ਚੱਲ ਰਹੇ ਹਾਂ ਔਰ ਆਪਣਾ ਸਾਰਾ ਜ਼ੋਰ ਜਿਹੜਾ ਵੀ ਲਗਾ ਰੱਖਿਆ ਹੈ ਉਹ ਇਤਿਹਾਸ ਤੇ ਲਾ ਰੱਖਿਆ ਹੈ ਤੁਸੀਂ ਹਿਸਾਬ ਲਾਓ ਸਾਰਾ ਦਿਨ ਅਸੀਂ ਇਤਿਹਾਸ ਪੜ੍ਹਾਉਣੇ ਰਹਿੰਦੇ ਆ ਕਦੇ ਫਿਊਚਰ ਪੜ੍ਹਾਇਆ ਬਿਲਕੁਲ ਨਹੀਂ ਹਾਂ ਆਪਾਂ ਫਿਊਚਰ ਚ ਜਾਣਾ ਕਿ ਇਤਿਹਾਸ ਚ ਜਾਣਾ ਗੱਲ ਗੌਰਤਾਲਬਾ ਬਿਲਕੁਲ ਨਹੀਂ ਮਤਲਬ ਹੁਣ ਤੁਸੀਂ ਦੇਖੋ ਅੱਜ ਹਰ ਇੱਕ ਬੱਚਾ ਹਾਂ ਉਹਨੇ ਸ਼ਾਦੀ ਕਰਨੀ ਹੈ ਹਾਂ ਉਹ ਡਾਕਟਰ ਵੀਰ ਤੁਸੀਂ ਪੰਜਾਬੀ ਫਿਲਮਾਂ 'ਚ ਵੀ ਕੰਮ ਕਰਦੇ ਹੋ ਉਹਦੇ ਵਿੱਚ ਸਵਾਈਬ ਮੈਰਿਜ ਦੇ ਕੀ ਹੁੰਦਾ ਮੈਨੂੰ ਦੱਸੋ ਬਿਲਕੁਲ ਜੀ ਸਹੀ ਕੋਈ ਹੋਰ ਕਨਸੈਪਟ ਨਹੀਂ ਹੈਗਾ ਸਾਡੇ ਕੋਲ ਠੀਕ ਹੈ ਨਾ ਔਰ ਮੈਰਿਜ ਹਰਨੇ ਕਰਨੀਆ ਔਰ ਮੈਰਿਜ ਕਿਵੇਂ ਕਰਨੇ ਜਿਹੜੂ ਫਾਰਮੂਲੇ ਨੇ ਮੈਰਿਜ ਕਰਨ ਦੇ ਮਤਲਬ ਇਸ ਹੱਬ ਨਾਲ ਉਹ ਸਾਰੇ ਫੇਲ ਹੈ ਹਾਂ ਜੇ ਕਜੋੜ ਹੈ ਹਾਂ ਬੇਸਿਕ ਹਰ ਆਦਮੀ ਦੀ ਇੱਕੋ ਚੀਜ਼ ਦੀ ਤਮੰਨਾ ਹੁੰਦੀ ਹੈ ਵੀ ਮੈਨੂੰ ਖੁਸ਼ੀ ਮਿਲੇ ਮੈਨੂੰ ਇਹ ਦੱਸ ਦਿਓ ਵੀ ਇਸ ਤੋਂ ਬੜੀ ਕੋਈ ਤਮੰਨਾ ਹੋ ਸਕਦੀ ਹੈ ਕਿਸੇ ਬੰਦੇ ਦੀ ਔਰ ਉਹ ਸੇ ਖੁਦ ਆਪਦੀ ਖੁਸ਼ੀ ਨੂੰ ਤਬਾਹ ਕਰਦੇ ਜਦੋਂ ਆਪਾਂ ਇਦਾਂ ਦੀਆਂ ਕੈਲਕੂਲੇਸ਼ਨਾਂ 'ਚ ਪੈਂਦੇ ਇੱਥੇ ਮੈਨੂੰ ਪੈਸਾ ਇੱਥੇ ਮੈਨੂੰ ਕੈਨੇਡਾ ਇੱਥੇ ਮੈਨੂੰ ਦੇ ਦਿੰਦਾ ਥਿਸ ਇਜ਼ ਅ ਨੌਨਸੈਂਸ ਮਤਲਬ ਮੈਂ ਸਹੀ ਇਸ ਪੁਆਇੰਟ ਉੱਪਰ ਤੁਹਾਨੂੰ ਦੱਸਾਂ ਸੋ ਮੈਂ ਇਹ ਸੋਚਦਾ ਵੀ ਜਿਹੜੀ ਹਰ ਰੋਜ਼ ਫੈਮਿਲੀਜ਼ ਟੁੱਟ ਰਹੀਆਂ ਨੇ ਇਹਦੇ ਬਾਰੇ ਸਾਡਾ ਸਮਾਜ ਕੀ ਕਰ ਰਿਹਾ ਇਹ ਜਿਹੜੀ ਰਿਸ਼ਤਾ ਨਾਤਾ ਪ੍ਰਣਾਲੀ ਆ ਇਹਦੇ 'ਚ ਗਰਾਵਟ ਨਹੀਂ ਇਹਦੇ ਵਿੱਚ ਇਹ ਹੈਗਾ ਹੂੰ ਕਿ ਕਿਸੇ ਨੂੰ ਫੈਮਿਲੀ ਦੇ ਬਾਰੇ ਕੋਈ ਗੱਲ ਸਮਝਾਈ ਹੀ ਨਹੀਂ ਜਾ ਰਹੀ ਹੂੰ ਲੜਕੀ ਹੈ ਉਹਨੂੰ ਸਾਰਾ ਕੁਝ ਪੜਾਇਆ ਜਾਂਦਾ ਹੈ ਹੂੰ ਪਰ ਉਹਨੂੰ ਇਹ ਨਹੀਂ ਸਿਖਾਇਆ ਜਾਂਦਾ ਹੂੰ ਵੀ ਤੁਸੀਂ ਫੈਮਿਲੀ ਕਿਵੇਂ ਚਲਾਣੀ ਆ ਜੀ ਲੜਕਾ ਜਿਹੜਾ ਉਹਨੂੰ ਸਾਰਾ ਕੁਝ ਪੜਾ ਦੇਣਗੇ ਤੂੰ MBA ਕਰ ਲੈ ਤੂੰ ਇੰਨੇ ਪੈਸੇ ਲੈਣੇ ਆ ਤੇਰੀ ਬੜੀ ਸਕਸੈਸਫੁਲ ਪਰ ਆਪਣੇ ਬੱਚਿਆਂ ਨਾਲ ਕਿਵੇਂ ਡੀਲ ਕਰਨਾ ਆਪਣੀ ਵਾਈਫ ਹੈ ਜਿਹੜੀ ਉਹਨੂੰ ਇੱਜ਼ਤ ਮਾਣ ਕਿਵੇਂ ਦੇਣਾ ਚਾਹੇ ਉਹ ਘਰੇ ਬੈਠੀ ਆ ਹੂੰ ਕੰਮ ਬਰਾਬਰ ਦਾ ਕਰ ਰਹੀ ਆ ਉਹ ਇਹਨੂੰ ਮਾਨਕ ਇਜ਼ਤ ਮਾਨ ਕੇ ਵੰਡਣਾ ਇੱਥੇ ਇਹ ਗੱਲ ਹੁੰਦੀ ਹੈ ਕਿ ਇਨਸਾਨ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਪਰ ਜਿਹੜੀਆਂ ਉਹਦੀਆਂ ਨੈਤਿਕ ਕਦਰਾਂ ਕੀਮਤਾਂ ਨੇ ਉਹਨਾਂ ਤੋਂ ਮੁਨਕਰ ਹੋ ਰਿਹਾ ਸੋਸ਼ਲ ਸੋਸ਼ਲ ਇਹ ਨਾ ਮਤਲਬ ਉਹਨੂੰ ਖਤਮ ਕਰ ਦਿੱਤਾ ਗਿਆ ਔਰ ਇਸੇ ਕਰਕੇ ਹੀ ਬ੍ਰੇਕਅਪ ਹੋ ਰਿਹਾ ਸਾਰਾ ਕੁਝ ਕਿਉਂਕਿ ਸਾਡੀ ਐਜੂਕੇਸ਼ਨ ਹੈ ਜਿਹੜੀ ਉਹਦੇ ਵਿੱਚ ਨੈਤਿਕਤਾ ਦਾ ਕਮੀ ਹੋ ਗਈ ਹੈ ਔਰ ਨਾਲ ਹੀ ਮੈਂ ਸਮਝਦਾ ਕਿ ਜੋ ਸਾਨੂੰ ਸਿਖਾਉਣਾ ਚਾਹੀਦਾ ਉਹ ਤੁਸੀਂ ਦੇਖੋ ਗੱਲ ਜਿੰਦਗੀ ਦਾ ਸਭ ਤੋਂ بڑا ਸੱਚ ਹੈ ਜਿਹੜਾ ਜਨਮ ਹੈ ਸ਼ਾਦੀ ਹੈ ਤੇ ਨਰਮੋਤ ਹਾਂ ਠੀਕ ਹੈ ਨਾ ਬਿਲਕੁਲ ਆਪਾਂ ਲੋਕ ਜਨਮ ਬਾਰੇ ਬڑے بڑے ਲੈਕਚਰ ਦੇ ਦਿੰਨੇ ਆ ਸ਼ਾਦੀ ਬਾਰੇ ਤਾਂ ਕੋਈ ਅੰਤ ਹੀ ਨਹੀਂ ਹਾਂ ਠੀਕ ਹੈ ਨਹੀਂ ਕਦੇ ਕਿਸੇ ਨੇ ਮੌਤ ਬਾਰੇ ਗੱਲ ਕੀਤੀ ਹੋਈ ਹਾਂ ਹਰ ਬੰਦੇ ਨੇ ਮਰਨਾ ਹੈ ਕਿਉਂਕਿ ਉਹ ਸਭ ਤੋਂ ਵੱਡਾ ਸੱਚ ਹੈ ਤੇ ਉਹਨੂੰ ਕਬੂਲ ਕਰਨ ਲਈ ਬਹੁਤ ਵੱਡੀ ਪਾਵਰ ਚਾਹੀਦੀ ਹੈ ਉਹਦੇ ਬਾਰੇ ਕੋਈ ਡਿਸਕਸ਼ਨ ਨਹੀਂ ਹੈ ਨਹੀਂ ਜੀ ਔਰ ਮੈਂ ਜਿਹੜੇ ਸੰਤ ਮਾਤਮੇ ਦੇਖੇ ਨੇ ਕਈ ਜਿਹੜੇ ਸਿਆਣੇ ਲੋਕ ਆ ਉਹ ਹੀ ਦੱਸਦੇ ਹਾਊ ਟੂ ਡਾਈ ਹਾਂ ਬਈ ਤੁਸੀਂ ਸੁਖ ਸ਼ਾਂਤੀ ਦੀ ਮੌਤ ਕਿਵੇਂ ਮਾਰ ਸਕਦੇ ਹੋ ਜਿਹੜੀ ਮੌਤ ਆਪਾਂ ਚੁਣੀ ਹੋਈ ਹੈ ਨਾ ਜਿਸ ਤਰ੍ਹਾਂ ਪੇ ਚੱਲ ਰਹੇ ਆ ਉਹ ਬੜੀ ਖਤਰਨਾਕ ਮੌਤ ਸਭ ਤੋਂ ਖਤਰਨਾਕ ਹੈ ਠੀਕ ਹੈ ਨਾ ਮਤਲਬ ਬਹੁਤ ਕੁਝ ਸੋਚ ਸਮਝ ਕੇ ਕਰਨ ਵਾਲਾ ਹੈਗਾ ਅੱਛਾ ਦੂਸਰੀ ਗੱਲ ਇਹ ਕਹਿੰਦਾ ਇੱਕ ਤਾਂ ਇਹ ਸੀਗਾ ਵੀ ਮੈਂ ਮੈਂਟਲੀ ਡਿਸਟਰਬ ਕਰਨਾ ਦੂਸਰੀ ਗੱਲ ਇਹ ਸੀ ਵੀ ਇਹ ਨਾ ਜਿਵੇਂ ਹੁਣ ਮੰਨ ਲਓ ਦੇਵੀ ਦੇਵਤੇ ਆ ਦੇਵੀ ਦੇਵਤਾ ਨੂੰ ਤੁਸੀਂ ਜਿੰਨਾ ਮਰਜ਼ੀ ਬੁਲਾਓ ਉਹ ਨਹੀਂ ਆਉਂਦੇ ਬਿਲਕੁਲ ਨਹੀਂ ਆਉਂਦੇ ਫਿਰ ਉਹ ਕੀ ਚਾਹੁੰਦੇ ਸਾਨੂੰ ਉਹਦੀ ਭਾਸ਼ਾ ਨਹੀਂ ਪਤਾ ਹਾਂ ਜੋ ਦੇਵੀ ਦੇ ਵੀ ਡੋਨਟ ਨੋ ਕੀ ਚਾਹੁੰਦੇ ਆ ਠੀਕ ਹੈ ਨਾ ਜੋ ਇਹ ਉੱਥੇ ਤੱਕ ਜਾਣ ਦਾ ਜ਼ਰੀਆ ਹੈਗਾ ਉਹ ਇਨਸਾਨ ਤਿਆ ਕਰਦਾ ਕਿੱਥੇ ਤੱਕ ਹਾਂ ਜਿਵੇਂ ਦੇਵੀ ਦੇਵਤਿਆਂ ਦੀ ਗੱਲ ਨਹੀਂ ਨਹੀਂ ਮੈਂ ਕਿਸੇ ਵੀ ਰੂਪ ਚ ਆਪਾਂ ਆਪਾਂ ਜਿਹਨਾਂ ਨੂੰ ਵੀ ਮੰਨਦੇ ਆਂ ਦੇਵੀ ਇਹ ਤੁਹਾਨੂੰ ਤੇ ਆਉਂਦੇ ਆਂ ਜਿਹਨਾਂ ਨੂੰ ਵੀ ਜਿੱਥੇ ਸਾਡੀ ਆਸਥਾ ਹੈ ਹਾਂ ਜਿੱਥੇ ਵੀ ਆਸਥਾ ਹੈ ਕੋਈ ਵੀ ਹੈ ਮਤਲਬ ਉਹਨਾਂ ਉਹਨਾਂ ਦੀ ਭਾਸ਼ਾ ਉਹ ਕੀ ਚਾਹੁੰਦੇ ਨੇ ਸਾਨੂੰ ਸਮਝਾਉਂਦੇ ਠੀਕ ਹੈ ਨਾ ਅੱਛਾ ਫਿਰ ਇਹ ਵੀ ਜਦੋਂ ਜਦੋਂ ਲੋੜ ਪੈਗੀ ਮੰਨ ਲਓ ਇਸ ਵੇਲੇ ਕਿਸੇ ਲੜਕੀ ਦੇ ਉੱਤੇ ਕਿਸੇ ਨੇ ਕੋਈ ਅਟੈਕ ਕਰਤਾ ਹੂੰ ਉਹਨੂੰ ਜ਼ਰੂਰਤ ਹੈ ਹੂੰ ਚਾਹੇ ਉਹ ਕਿਸੇ ਧਾਰਮਿਕ ਸਥਾਨ ਤੇ ਕਿਉਂ ਨਾ ਹੋਵੇ ਜੀ ਬਿਲਕੁਲ ਉੱਥੇ ਕੋਈ ਦੇਵਤਾ ਕੋਈ ਵੀ ਧਾਰਮਿਕ ਜਿਹੜੀ ਆਸਥਾ ਜਿਹਦੇ ਵਿੱਚ ਰੱਖੀ ਹੈ ਹੂੰ ਉਹ ਉੱਥੇ ਆ ਕੇ ਹਾਜ਼ਰ ਨਹੀਂ ਹੁੰਦੇ ਬਿਲਕੁਲ ਔਰ ਇਨਸਾਨ ਦਾ ਜਿਹੜਾ ਜਿਹੜਾ ਵਿਸ਼ਵਾਸ ਹੈ ਹੂੰ ਉਹ ਟੁੱਟਦਾ ਹੈ ਇਸੇ ਦੇ ਨਾਲ ਠੀਕ ਹੈ ਨਾ ਲੇਕਿਨ ਸ਼ੈਤਾਨ ਹਾਜ਼ਰ ਹੈ ਹੂੰ ਇਨੂੰ ਬੁਲਾਓ ਹੀ ਇਜ਼ ਐਵਰੀਵੇਅਰ ਆਈ ਐਮ ਰੈਡੀ ਸੋ ਇਸ ਦੇ ਵਿੱਚ ਨਾ ਬਾਅਦ ਦੇ ਵਿੱਚ ਦੇਵਤੇ ਇਕੱਠੇ ਹੋ ਕੇ ਸੋਚਦੇ ਆ ਵੀ ਇਹ ਲੋਕਾਂ ਦਾ ਸਾਡੇ ਤੋਂ ਵਿਸ਼ਵਾਸ ਕਿਉਂ ਟੁੱਟ ਰਿਹਾ ਹੈ ਹਮ ਤੇ ਲੋਕਾਂ ਦਾ ਇਹਦੇ ਵਿੱਚ ਵਿਸ਼ਵਾਸ ਕਿਉਂ ਨਹੀਂ ਬਣਦਾ ਕਿਤਾਬ ਦੱਸ ਰਹੀ ਹੈ ਕਿਤਾਬ ਵਿੱਚ ਲਖਾਤਾਂ ਦੱਸੇ ਤੇ ਇਹਦੇ ਵਿੱਚ ਵੀ ਕਿਉਂ ਬਣ ਰਿਹਾ ਹੈ ਤਾਂ ਦੇਵਤੇ ਫਿਰ ਸੋਚਦੇ ਨੇ ਹਮ ਵੀ ਅਸੀਂ ਵੀ ਇਦਾਂ ਹੀ ਕਿਉਂ ਨਾ ਕਰੀਏ ਵੀ ਜਦੋਂ ਸਾਨੂੰ ਕੋਈ ਪੁਕਾਰੇ ਅਸੀਂ ਹਾਜ਼ਰ ਹੋ ਜਾਇਆ ਕਰੀਏ ਹਮ ਠੀਕ ਹੈ ਨਾ ਉਹ ਕਰਦੇ ਵੀ ਆ ਇਸ ਤਰ੍ਹਾਂ ਉਸ ਤੋਂ ਬਾਅਦ ਜਦੋਂ ਇਕ ਕਹਾਣੀ ਦੇ ਉੱਤੇ ਮਤਲਬ ਇਹਦੇ ਵਿੱਚ ਇੱਕ ਸੀਨ ਹੈਗਾ ਹਮ ਇੱਕ ਪੱਬ ਦੇ ਵਿੱਚ ਨਾ ਹਮ ਲੋਕ ਖੜੇ ਸੀਗੇ ਉਹਦੇ ਵਿੱਚ ਕਿਸੇ ਨੇ ਕਿਸੇ ਲੜਕੀ ਨਾਲ ਬਦਤਮੀਜ਼ੀ ਕੀਤੀ ਹਮ ਤੇ ਜਿਹਨੇ ਕੀਤੀ ਉਹਦੇ ਲਫੜੇ ਪੈਣੇ ਸ਼ੁਰੂ ਹੋ ਗਏ ਹਮ ਉਹ ਪਤਾ ਨਹੀਂ ਸੀ ਲੱਗ ਰਿਹਾ ਵੀ ਕੌਣ ਪੈ ਰਿਹਾ ਉਹ ਲੜਕੀ ਨੇ ਯਾਦ ਕੀਤਾ ਹੋਣਾ ਕਿਸੇ ਧਰਮਾਤਮਾ ਦੇਵੀ ਦੇਵਤੇ ਨੂੰ ਹਮ ਤੋਂ ਬਾਅਦ ਦੇ ਵਿੱਚ ਜਦੋਂ ਇਸ ਤਰ੍ਹਾਂ ਜਿਵੇਂ ਆਮ ਸੀਨ ਆਪਾਂ ਫਿਲਮਾਂ 'ਚ ਦੇਖਦੇ ਆਂ ਕਾਰ 'ਚ ਜਾ ਰਹੇ ਨੇ ਕੁਝ ਲੋਕ ਉਹਨਾਂ ਨੂੰ ਬਦਤਮੀਜ਼ੀ ਕਰਨ ਲੱਗੇ ਨੇ ਜਿਹੜੇ ਬੰਦੇ ਸੀ ਉਹਨਾਂ ਦੇ ਫੇਰ ਕੁੱਟ ਪੈਣੇ ਸ਼ੁਰੂ ਹੋ ਗਏ ਹਮ ਉਹ ਲੋਕ ਇਕੱਠੇ ਹੋ ਗਏ ਫਿਰ ਸਮਝ ਆਇਆ ਵੀ ਉਹ ਇਹ ਵੀ ਤੇ ਗੜਬੜ ਹੋ ਗਈ ਅਸੀਂ ਤਾਂ ਕਹਿੰਦੇ ਸੀ ਵੀ ਦੇਵਤੇ ਹੂੰ ਸਾਡੀ ਗੱਲ ਨਹੀਂ ਸੁਣਦੇ ਹੂੰ ਵੀ ਇਹ ਤੇ ਦੇਵਤੇ ਹਾਜ਼ਰ ਹੋ ਗਏ ਫਿਰ ਉਹਨਾਂ ਨੇ ਫਿਰ ਅਰਦਾਸ ਕੀਤੀ ਵੀ ਤੁਸੀਂ ਇਕੱਠੀ ਸਾਡਾ ਹਸਾਬ-ਉਸਾਬ ਕਰ ਲਿਆ ਕਰੋ ਇਹ ਅਸਲ ਖੇਡ ਲਸਟਸ ਦੀ ਹੈ ਸਾਨੂੰ ਹਰ ਰੋਜ਼ ਹਾਜ਼ਰ ਨਾ ਹੋਇਆ ਕਰੋ ਇਹ ਨਾ ਇੱਕ ਇੱਕ ਤਰ੍ਹਾਂ ਦਾ ਨਾ ਸਟਾਇਲ ਹੈਗਾ ਇਹ ਸਾਰਾ ਨਾ ਬਹੁਤ ਵੱਡਾ ਸਟਾਇਲ ਹੈ ਹਾਂ ਫਿਰ ਇਹਦੇ ਵਿੱਚ ਉਹ ਸ਼ੈਤਾਨ ਦੇਖੋ ਆਪਾਂ ਨੂੰ ਬਹੁਤ ਕੁਝ ਫ੍ਰੀ ਮਿਲ ਰਿਹਾ ਹੂੰ ਸਟੌਪ 프리 ਮਿਲ ਰਹੀ ਹੈ ਪਸ਼ੂ ਪੰਛੀ ਵੈਜੀਟੇਸ਼ਨ ਦੇ ਵਿੱਚ ਆਪਣਾ ਕੋਈ ਪੈਸਾ ਨਹੀਂ ਲੱਗਦਾ ਬਿਲਕੁਲ ਔਰ ਉਸ ਨੇ ਇੱਕ ਇੱਕ ਬਣਾਇਆ ਇੱਕ ਟਿਕਾ ਬਣਾਇਆ ਹਮ ਹੋਮੋਵਿਡ ਇੰਜੈਕਸ਼ਨ ਹਮ ਉਹਦੇ ਵਿੱਚ ਨਾ ਇਨਸਾਨਾਂ ਵਾਲੇ ਗੁਣ ਸੀਗੇ ਹਮ ਯਾਨੀ ਉਹ ਮੰਨ ਲਓ ਕਿਸੇ ਮਜ ਨੂੰ دیتا ਉਹਨੇ ਇੰਜੈਕਸ਼ਨ ਉਹਦੇ ਵਿੱਚ ਇੱਕ ਸੀਨ ਹੈ ਜਿਹਦੇ ਵਿੱਚ ਬਗੈਰ ਇਹ ਕਿ ਮਜ ਨੂੰ ਇੰਜੈਕਸ਼ਨ ਦਿੱਤਾ ਜਾਂਦਾ ਹੈ ਉਦੋਂ ਮਜ ਦਾ ਜਿਹੜਾ ਬਿਹੇਵੀਅਰ ਸੀ ਉਹ ਦੇਖਣ ਵਾਲਾ ਸੀ ਹਮ ਜਦੋਂ ਉਹਨੂੰ ਛੋੜ ਲੱਗੇ ਹਮ ਠੀਕ ਹੈ ਨਾ ਪਹਿਲੇ ਤਾਂ ਉਹ ਕਹਿੰਦੀ ਵੀ ਆ ਮੇਰੀ ਤੂੜੀ ਸੁੱਕੀ ਕਿਉਂ ਪਈ ਹੈ ਹਾਂ ਇਹ ਚੰਗਾ ਲਿਆ ਉਹ ਨੀਰਾ ਤੇ ਚਾਰਾ ਚੇਤਨ ਦੀ ਜ਼ੁਬਾਨ ਚ ਬੋਲ ਰਹੀ ਹੈ ਹਾਂ ਕੁਦਰਤੀ ਦੇਖੋ ਨਾ ਉਹਦੇ ਤੇ ਅਸਰ ਬੰਦਿਆਂ ਦਾ ਅਸਰ ਉਹ ਬੰਦੇ ਵੀ ਤਾਂ ਇਦਾਂ ਹੀ ਕਰਦੇ ਲਿਆਓ ਸਮਾਨ ਰੱਖੋ ਮੇਰੇ ਅਗੇ ਸੁਣ ਰੱਖਤਾ ਉਦੋਂ ਬਾਅਦ ਚੋਣ ਤੋਂ ਬਾਅਦ ਉਹ ਕਹਿੰਦੀ ਵੀ ਮੈਂ ਸਾਰਾ ਦੁੱਧ ਨਹੀਂ ਦੇਣਾ ਹੁਣ ਮਤਲਬ ਸ਼ੈਤਾਨ ਕੰਮ ਕਰ ਗਿਆ ਵੀ ਮੈਂ ਇਦਾਂ ਰੱਖੂਗੀ ਹਾਂ ਉਹ ਇਹ ਮੈਂ ਪੁਆਇੰਟ ਆਊਟ ਕਰ ਦਿਤਾ ਸਟੋਰ ਵਾਲ ਬੰਦਾ ਜਿਹੜਾ ਸਟੋਰ ਕਰਦਾ ਕੁੱਤੇ ਨੂੰ ਤੁਸੀਂ ਰੋਟੀ ਬਾ ਦਿਓ ਨਾ ਜਿੰਨੇ ਉਹਨੇ ਖਾਣੀ ਖਾ ਕੇ ਛੱਡ ਜੂਗਾ ਉਹ ਸਟੋਰ ਨਹੀਂ ਕਰੂਗਾ ਪਸ਼ੂ ਪੰਛੀ ਕੋਈ ਚੀਜ਼ ਸਟੋਰ ਨਹੀਂ ਕਰਦੇ ਪਰ ਬੰਦੇ ਦੀ ਜਿਹੜੀ ਮਤਲਬ ਫਰਕ ਹੈ ਇਹੀ ਹੈ ਵੀ ਉਹ ਸਟੋਰ ਕਰਦਾ ਚੀਜ਼ ਨੂੰ ਉਹ ਕਹਿੰਦੇ ਮੈਂ ਰੱਖ ਲਵਾਂ ਠੀਕ ਹੈ ਸੋ ਇਸ ਤਰ੍ਹਾਂ ਦੀਆਂ ਬਿਰਤੀਆਂ ਇਸ ਤਰ੍ਹਾਂ ਹੀ ਪੰਛੀਆਂ ਨੂੰ ਜਦੋਂ ਟੀਕਾ ਲਾਇਆ ਗਿਆ ਤਾਂ ਪੰਛੀ ਕਹਿੰਦੇ ਤੁਸੀਂ ਸਾਨੂੰ ਦਲਖਤ ਦੇ ਬਿਠਾ ਰੱਖਿਆ ਗਿਆ ਤੁਹਾਨੂੰ ਤੇ ਜ਼ਮੀਨ ਦਿਓ ਜਿਵੇਂ ਤੁਰੇ ਫਿਰਦੇ ਸੰਤਾਂ ਤੇ ਜ਼ਮੀਨ ਦੇ ਵਿੱਚ ਸਾਡੇ ਨਾਂ ਤੇ ਕਰੋ ਜ਼ਮੀਨ ਅਸੀਂ ਉੱਪਰ ਨਹੀਂ ਬਹਿੜਦੇ ਹਾਂ ਸਿਆਣੇ ਹੋਗੇ ਮੈਨੂੰ ਲੱਗਦਾ ਕਿ ਜਿਹੜਾ ਸ਼ੈਤਾਨ ਆ ਉਹਨੇ ਹੱਕਾਂ ਪ੍ਰਤੀ ਵੀ ਜਾਗਰੂਕ ਕਰਤਾ ਪੰਛੀਆਂ ਨੂੰ ਜਾਨਵਰਾਂ ਨੂੰ ਬਦਲੇ ਹਨ ਜੀ ਹੁਣ ਜਿਹੜੇ ਪੰਛੀ ਹਾਲਾਂਕਿ ਉਹਨਾਂ ਦਾ ਹੋਣਾ ਜ਼ਰੂਰੀ ਨਹੀਂ ਹੈ ਕੋਈ ਇਹ ਮਤਲਬ ਸਾਰਾ ਕੁਝ ਨੈਗੇਟਿਵ ਚ ਜਾ ਰਿਹਾ ਜੋ ਕੁਝ ਵੀ ਉਹ ਕਰ ਰਹੇ ਸੋ ਇੱਕ ਐਸੀ ਦੁਨੀਆ ਚਾਹੁੰਦਾ ਜਿੱਥੇ ਹਰ ਇੱਕ ਚੀਜ਼ ਤੇ ਪੈਸਾ ਲੱਗੇ ਔਰ ਇਨਸਾਨ ਨੂੰ ਕੋਈ ਸੁਖ ਸ਼ਾਂਤੀ ਨਹੀਂ ਹੋਵੇ ਔਰ ਤਾਂ ਹੀ ਹੋ ਸ਼ੈਤਾਨ ਦੇ ਕਬਜ਼ੇ ਚ ਰਹੇਗਾ ਬਾਅਦ ਵਿੱਚ ਲੜਾਈ ਵੀ ਹੁੰਦੀ ਹੈ ਦੇਵਤਿਆਂ ਨਾਲ ਉਹਨਾਂ ਦੀ ਵਾਕਈ ਸਰ ਬਹੁਤ ਖੂਬਸੂਰਤ ਗੱਲ ਹੈ ਬੜਾ ਦਿਲਚਸਪ ਹੈ ਕਿੱਸਾ ਹੈ ਗੱਲ ਆਸਟਸ ਦਾ ਇਹ ਤਿੰਨ ਕਿਤਾਬਾਂ ਨੇ ਜੀ ਡਾਕਟਰ ਵੀਰ ਇਹ ਮਹਾਂਕਾਲ ਟ੍ਰਾਇਲੋਜੀ ਹੈ ਇੱਕ ਇਹ ਕਿਤਾਬ ਪਹਿਲੀ ਹੈ ਦੂਸਰੀ ਆਪ ਡੋਮੀਨੈਂਟ ਆਫ ਦੀ ਨੀਦਰ ਵਰਲਡ ਇੱਕ ਤੀਸਰੀ ਹੋ ਰਹੀ ਹੈ ਅਲਟਰੋਨੀਆ ਜੀ ਦਾ ਅਲਟਰੋਨੀ ਇਹ ਮਹਾਂਕਾਵ ਨੇ ਤਿੰਨ ਤਿੰਨ ਇਹ ਤਿੰਨੇ ਮਹਾਂਕਾਵ ਨੇ ਇਹ ਮੇਰੇ ਲੇਟੈਸਟ ਨੇ ਜੀ ਤੋ ਉਹ ਜਿਹੜਾ ਤੀਸਰਾ ਮਾਂਕਾ ਹੈ ਨਾ ਉਹ ਮਤਲਬ ਕਿ ਮੈਂ ਇੱਕ ਮਿੰਟ ਉਹਦੇ ਬਾਰੇ ਗੱਲ ਕਰਨੀ ਪਸੰਦ ਕਰਾਂਗਾ ਤੁਹਾਡੀ ਕੋਈ ਖਾਸ ਰਚਨਾ ਹੋ ਜਵੇ ਚਲੋ ਥੈਂਕ ਯੂ ਜੀ ਮੈਂ ਵੈਸੇ ਮੇਰੀ ਸਾਰੀ ਜੋ ਕਵਿਤਾ ਹੈ ਉਹ ਕੁਦਰਤ ਨਾਲ ਸਬੰਧਤ ਹੈ ਹਮਮ ਔਰ ਮੈਂ ਚਾਹਾਂ ਨਾ ਦੋ ਸ਼ਬਦਾਂ ਦੇ ਵਿੱਚ ਜੀ ਕਿ ਆਦਮੀ ਤਰੱਕੀ ਕਰੇ ਸਾਇੰਸ ਜਿੰਨੀ ਚਾਹੇ ਤਰੱਕੀ ਕਰੇ ਹਮਮ ਲੇਕਿਨ ਉਹ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਖੜੀਆਂ ਨਾ ਕਰੇ ਦੇਖ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਉਹਦਾ ਨੁਕਸਾਨ ਹੋ ਰਿਹਾ ਹੈ ਤੋਂ ਨਾ ਕਰੇ ਲੇਕਿਨ ਜ਼ਿੰਦਗੀ ਨੂੰ ਹੋਰ ਅਗਰ ਸੌਖਾ ਬਣਾ ਸਕੇ ਤਾਂ ਜ਼ਰੂਰ ਬਣਾਵੇ ਜੀ ਬਿਲਕੁਲ ਔਰ ਕੁਦਰਤ ਨੂੰ ਵੀ ਤਬਾਹ ਨਾ ਕਰੇ ਬਿਲਕੁਲ ਠੀਕ ਹੈ ਨਾ ਇਹ ਮੇਰੀ ਪੋਇਮ ਹੈ ਔਰਫਨ ਹਾਂ ਔਰਫਨ ਯਤੀਮ ਹੁੰਦਾ ਹੈ ਹਾਂ ਯਤੀਮ ਨੇਚਰ ਇਜ਼ ਦਾ origignal ਲਵ ਆਫ ਮੈਨ ਹਾਂ ਕੁਦਰਤ ਨਾਲ ਰਿਲੇਟਡ ਹੈ ਹਮ ਨੇਚਰ ਇਜ਼ ਦਾ origignal ਲਵ ਆਫ ਮੈਨ ਹਮ ਇਟ ਪੁੱਲਸ ਨਾਟ ਐਟ ਯੋਰ ਹਾਰਟ ਅਲੋਨ ਦਿਲ ਨੂੰ ਹੀ ਖਿੱਚਦੀ ਨਹੀਂ ਬਟ ਐਟ ਯੋਰ ਸੋਲ ਆਲਸੋ ਹਮ ਆਤਮਾ ਨੂੰ ਵੀ ਖਿੱਚ ਪੰਦੀ ਹੈ ਹਮ ਐਂਡ ਇਟ ਅਪੀਲਸ ਡਾਇਰੈਕਟਲੀ ਟੂ ਯੋਰ ਇਨਰ ਬੀਇੰਗ ਤੁਹਾਡੇ ਅੰਦਰ ਅੰਦਰ ਜੋ ਵੀ ਹੈ ਉਹਨੂੰ ਇਹ ਖਿੱਚਦੀ ਹੈ ਉਹਨੂੰ ਅਟਰੈਕਟ ਕਰਦੀ ਹੈ ਹਮ ਲੁੱਕ ਇਨਟੂ ਦਾ ਆਈਜ਼ ਆਫ ਅ ਕਾਫ ਹਮ ਇਲਾ অর ਇਵਨ ਅ ਡੌਗ ਉਹਦੀ ਅੱਖਾਂ ਚ ਦੇਖੋ ਹਮ ਇਟ ਵਿਲ ਮੇਕ ਯੂ ਟ੍ਰੈਵਲ ਬੈਕ ਇੰਟੂ ਦਾ ਡਾਰਕ ਡੈਪਥਸ ਤੁਹਾਨੂੰ ਐ ਲੱਗੂਗਾ ਕਿ ਤੁਸੀਂ ਉਹਦੀ ਅੱਖਾਂ ਦੇ ਰਾਹੀਂ ਕਿਸੇ ਡੀਪ ਮਿਸਟਰੀ ਦੇ ਵਿੱਚ ਉਤਰ ਰਹੇ ਹੋ ਮਤਲਬ ਸਮਥਿੰਗ ਇਜ਼ ਕਨੈਕਟਿਡ ਹਮ ਆਈ ਹਿਅਰ ਹਮ ਦਾ ਵਾਇਸਿਸ ਹਮ ਵਿਚ ਹਿਊਮਨ ਇਅਰਸ ਆਰ ਡਿਨਾਈਡ ਮਨੁੱਖ ਦੇ ਕੰਨ ਕਿੰਨਾ ਨੂੰ ਜੋ ਆਵਾਜ਼ਾਂ ਨਹੀਂ ਸੁਣਾਈ ਦੇ ਸਕਦੀਆਂ ਮੈਨੂੰ ਉਹ ਵੀ ਸੁਣਾਈ ਦਿੰਦੀਆਂ ਹਨ ਹਮ ਔਰ ਮੈਂ ਉਹ ਨਜ਼ਾਰੇ ਵੀ ਦੇਖ ਸਕਦਾ ਹਾਂ ਜਿਹੜੇ ਮਨੁੱਖ ਦੀਆਂ ਅੱਖਾਂ ਨੂੰ ਦਿਖਾਈ ਨਹੀਂ ਦੇ ਨਹੀਂ ਦਿੰਦੇ ਆਈ ਸੀ ਵਿਜਨਸ ਇਨ ਡਿਕਲਾਈਨਡ ਟੂ ਹਿਊਮਨ ਆਈਸ ਹਮ ਬਿਜੌਂਡ ਅ ਸਰਟਨ ਲਿਮਿਟ ਆਈ ਕੈਨ ਨਾਟ ਗ로우 ਇੱਕ ਫੈਕਟ ਹੈ ਮੇਰੀ ਬਾ 2 3 ਫੁੱਟ ਦੀ ਹੈ ਮੇਰਾ ਕਦ 5 ਫੁੱਟ 3 4 ਇੰਚ ਹੈਗਾ ਤਾਂ ਮੇਰੀ ਅੱਖਾਂ ਛੋਟੀਆਂ ਛੋਟੀਆਂ ਨੇ ਮਤਲਬ ਇੱਕ ਲਿਮਿਟ ਹੈ ਹਮ ਹਰ ਇਨਸਾਨ ਦੀ ਹਾਈ ਲਿਮਟ ਹੈ ਇਸ ਤੋਂ ਵੱਧ ਹੁਣ ਮੇਰਾ ਬਾਵਾ 10 ਫੁੱਟ ਦਾ ਹੋਣ ਮੇਰੇ ਲੱਤਾਂ 20 ਫੁੱਟ ਦੇ ਹੋਣਾ ਇਟ ਇਜ਼ ਨੋਟ ਪੋਸੀਬਲ ਲਿਮਟ ਹੈ ਬਿਲਕੁਲ ਬਿਯੋਂਡ ਅ ਸਰਟਨ ਲਿਮਟ ਆਈ ਕੈਨਟ ਗਰੋ ਗਰੋ ਸ਼ਬਦ ਤੇ ਫੋਕਸ ਹੈ ਗਰੋ ਆਈ ਕੈਨਟ ਗਰੋ ਬਿਯੋਂਡ ਅ ਸਰਟਨ ਲਿਮਟ ਬਟ ਆਈ ਦ ਕੌਸ਼ਸ ਮੈਨ ਕੌਸ਼ਸ ਹੋਈ ਲਸਟ ਟੂ ਸਟਾਈਕ ਮੈਂ ਕੌਸ਼ਸ ਆਦਮੀ ਆ ਕੈਨ ਫਾਲ ਡੀਪ ਐਂਡ ਰੀਪ ਨੋ ਲਿਮਿਟਸ ਮੇਰੇ ਗਰੋ ਕਰਨ ਤੇ ਤਾਂ ਲਿਮਿਟ ਹੈਗੀ ਆ ਪਰ ਨੀਚੇ ਨੂੰ ਡਿਗਣ ਦੇ ਕੋਈ ਕੋਈ ਲਿਮਿਟ ਨਹੀਂ ਹੈ ਕੋਈ ਸੀਮਾ ਨਹੀਂ ਕੋਈ ਸੀਮਾ ਨਹੀਂ ਹੈ ਸੋ ਲਾਸਟ ਸਟੈਂਜ਼ਾ ਹੈ ਮਾਈ ਕਨੈਕਟ ਵਿਦ ਨੇਚਰ ਗੋਨ ਕੁਦਰਤ ਦੇ ਨਾਲ ਮੇਰਾ ਰਿਸ਼ਤਾ ਟੁੱਟ ਚੁੱਕਿਆ ਹੈ ਖਤਮ ਪਰਮਾਤਮਾ ਨੇ ਜਦੋਂ ਬਣਾਇਆ ਸੀ ਨਾ ਉਦੋਂ ਨੇ ਪਹਾੜ ਬਣਾਏ ਦਰਿਆ ਬਣਾਏ ਨਦੀਆਂ ਬਣਾਈਆਂ ਦਰਖਤ ਬਣਾਏ ਪਸ਼ੂ ਬਣਾਏ ਆਦਮੀ ਬਣਾਇਆ ਮਤਲਬ ਉਸ ਵੇਲੇ ਆਈ ਵਾਸ ਪਾਰਟ ਆਫ ਨੇਚਰ लेकिन हुन इस वेले मैं नेचर दे खिलाफ हां हम मैं कनेक्ट विद नेचर गॉन तो होया कि है आई फाइंड अबंडेंट बाय गॉड हम रब ने मैनु छड़ देता हैगा हम देखो कोई बच्चा तंग करे ना माँ बाप के निकल आवे हम आई फाइंड अबंडेंट बाय गॉड और मैं एक यतीम हाँ मैं एक यतीम हाँ इन द मिडस्ट ऑफ कॉस्टली टॉयज ਮੇਰੇ ਅਲੇ ਜ਼ੋਲੇ ਬੜੇ ਮਹਿੰਗੇ ਟੌਇਜ਼ ਨੇ ਰੇਮਜ਼ ਹਵਾਈ ਜਹਾਜ਼ ਸਾਰਾ ਕੁਝ ਹੈ ਪਰ ਆਇਮਾ ਵੰਡਨਡ ਬਾਈ ਰੱਬ ਨੇ ਮੈਨੂੰ ਛੱਡ ਦਿੱਤਾ ਮੈਂ ਕਿਹਾ ਕਿਉਂ ਮੈਨੂੰ ਯਤਿਮ ਕਰ ਦਿੱਤਾ ਕਿਉਂਕਿ ਮੈਂ ਉਸਦੀ ਬਣਾਈ ਹੋਈ ਕੁਦਰਤ ਨੂੰ ਪਿਆਰ ਪਿਆਰ ਨਹੀਂ ਕਰਦਾ ਉਹਨੂੰ ਤਬਾਹ ਕਰ ਰਿਹਾ ਹੈ ਬਿਲਕੁਲ ਬੜਾ ਖੂਬਸੂਰਤ ਹੈ ਸਰ ਬੜੀ ਸੋਹਣਾ ਔਰ ਜ਼ਿੰਦਗੀ ਦਾ ਸਾਰ ਹੈ ਕਿ ਜਿਸ ਕੁਦਰਤ ਨੇ ਸਾਨੂੰ ਪਜਾਇਆ ਉਹਨੋਖ ਨੂੰ ਇਹਦੇ ਨਾਲ ਪਿਆਰ ਕਰਨਾ ਚਾਹੀਦਾ ਸਰ ਤੋਡੀਆਂ ਹੁਣ ਤੱਕ 161 ਕਿਤਾਬਾਂ ਬਿਸ਼ਪ ਦੇ ਸਾਹਿਦ ਦੀ ਝੋਲੀ ਚ ਪੈ ਚੁੱਕੀਆਂ ਨੇ ਇਹ ਬਹੁਤ ਵੱਡੀ ਕਮਾਈ ਹੁੰਦੀ ਹੈ ਜੀ ਇੱਕ ਤਰ੍ਹਾਂ ਦੀ ਤੇ ਜਿਹੜੀਆਂ ਮੈਂ ਦਰਸ਼ਕੋਈ ਵੀ ਦੱਸਣਾ ਚਾਹਾਂਗੀ ਕਿ ਸਰਦੀਆਂ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਹੈਗੀਆਂ ਉਹਨਾਂ ਤੇ ਤੁਲਨਾਤਮਕ ਅਧਿਐਨ ਦੇ ਰਾਹੀਂ ਸਟੱਡੀ ਹੋ ਰਹੀ ਹੈ ਔਰ ਉਸ ਤੋਂ ਇਲਾਵਾ ਇਹਨਾਂ ਦੀ ਜਿਹੜੀਆਂ ਕਿਤਾਬਾਂ ਹੈਗੀਆਂ ਨੇ ਉਹ ਦੇਸ਼ ਦੀਆਂ ਵੱਖ-ਵੱਖ ਜਿਹੜੀਆਂ ਭਾਸ਼ਾਵਾਂ ਹੈਗੀਆਂ ਵਿਸ਼ਵ ਦੀਆਂ ਉਹਨਾਂ ਵਿੱਚ ਅਨੁਵਾਦ ਵੀ ਹੋ ਚੁੱਕੀਆਂ ਨੇ ਤੇ ਇਹ ਪੰਜਾਬੀ ਸਾਹਿਤ ਲਈ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਜੇ ਵਿਸ਼ਵ ਸਾਹਿਤ ਦੇ ਖੇਤਰ ਦੇ ਵਿੱਚ ਇੱਕ ਪੰਜਾਬੀ ਜਿਹੜਾ ਸਾਹਿਤਕਾਰ ਹੈਗਾ ਉਹਨਾਂ ਨੇ ਪਹੁੰਚ ਕੀਤੀ ਹੈ ਤਾਂ ਉਹਦੇ ਪਿੱਛੇ ਉਹਨਾਂ ਦੀ ਇੱਕ ਕਹਾਣੀ ਬਹੁਤ ਵੱਡੀ ਹੈ ਤੋ ਦਰਸ਼ਕੋ ਹੁਣ ਜਿਹੜੀ ਮੈਂ ਗੱਲਬਾਤ ਕਰਨ ਜਾ ਰਹੀ ਹਾਂ ਉਹ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਖਾਸ ਹੋਣ ਵਾਲੀ ਹੈ ਉਹ ਖਾਸ ਗੱਲਬਾਤ ਇਹ ਹੈ ਕਿ ਡਾਕਟਰ ਜਰਨੈਲ ਸਿੰਘ ਆਨੰਦ ਜੀ ਪੋਏਟਸ ਰੌਕ ਸਰਬੀਆ। ਕੀ ਆਂਜੰਦਾ ਕਿ ਸਰਬੀਆ ਦੇ ਵਿੱਚ ਇੱਕ ਇਬਾਰਤ ਆ ਜਿੱਥੇ ਵਿਸ਼ਵ ਦੇ ਖਾਸ ਜਿਹੜੇ ਕਵੀ ਨੇ ਚੁਣਿੰਦਾ ਕਵੀ ਨੇ ਉਹਨਾਂ ਦੇ ਨਾਮ ਸੁਮਾਰ ਨੇ ਤੇ ਉੱਥੇ ਪੰਜਾਬ ਦੇ ਉਸ ਜਰਨੈਲ ਡਾਕਟਰ ਜਰਨੈਲ ਸਿੰਘ ਆਨੰਦ ਦਾ ਨਾਮ ਵੀ ਲਿਖਿਆ ਹੋਇਆ ਔਰ ਬਹੁਤ ਮਾਣ ਦੀ ਗੱਲ ਹੈ। ਤੇ ਦੂਸਰੇ ਪਾਸੇ ਇਹਨਾਂ ਨੂੰ ਇੱਕ ਅਵਾਰਡ ਮਿਲਿਆ ਵਿਸ਼ਵ ਸਾਹਿਤ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਅਵਾਰਡ ਆ ਜਿਹਨੂੰ ਕਿਹਾ ਜਾਂਦਾ ਕਿ ਚਾਰਟਰ ਆਫ ਮੁਰਾਵਾ ਦਾ ਪੁਰਸਕਾਰ ਅਸੀਂ ਇਹਨਾਂ ਨਾਲ ਇਸ ਬਾਰੇ ਗੱਲਬਾਤ ਕਰਨੀ ਹੈ ਤਾਂ ਕਿ ਸਾਡੇ ਪਾਠਕਾਂ ਨੂੰ ਤੇ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ ਹਾਂਜੀ ਸਰ ਸ਼ੁਕਰੀਆ ਇਹ ਤੁਸੀਂ ਦੇਖ ਰਹੇ ਹੋ ਚਾਰਟਰ ਆਫ ਮੁਰਾਵਾ ਅਵਾਰਡ ਹੈ ਜਿਹੜਾ ਇਹ ਮੈਨੂੰ ਸਰਬੀਅਨ ਰਾਈਟਰਸ ਐਸੋਸੀਏਸ਼ਨ ਦੀ ਤਰਫੋਂ ਦਿੱਤਾ ਗਿਆ ਹਾਂ 60ਵੇਂ ਬੈਲਗ੍ਰੇਡ ਇੰਟਰਨੈਸ਼ਨਲ ਰਾਈਟਿੰਗ ਰਾਈਟਰਸ ਮੀਟ ਦੇ ਉਤੇ ਜੋ ਕਿ ਅਕਤੂਬਰ ਦੇ ਵਿੱਚ ਸੀਗਾ ਜੀ ਸਰ ਮੈਂ ਤੁਹਾਡੀ ਗੱਲ ਦੇ ਵਿਚਕਾਰ ਇਹ ਦੱਸਣਾ ਚਾਹੂੰਗੀ ਕਿ ਜਿਹੜਾ ਇਹ ਪੁਰਸਕਾਰ ਨੇ ਇਸ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਇਥੋਂ ਦੇ ਰਾਈਟਰ ਸੀਗੇ ਆਈਬੋ ਐਂਡਰਿਕ ਨਿਮ ਪ੍ਰਾਪਤ ਹੋਇਆ ਉਸ ਤੋਂ ਬਾਅਦ ਜਿਹੜੇ ਸਾਡੇ ਭਾਰਤ ਦੇ ਬਹੁਤ ਖਾਸ ਕਵੀ ਰਹਿ ਚੁੱਕੇ ਆ ਨਾਮਵਰ ਕਵੀ ਹੈਗੇ ਆ ਡਾਕਟਰ ਰਵਿੰਦਰਨਾਥ ਟੈਗੋਰ ਜੀ ਉਹਨਾਂ ਨੇ ਪ੍ਰਾਪਤ ਕੀਤਾ ਤੇ ਉਸ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਡਾਕਟਰ ਜਰਨੈਲ ਸਿੰਘ ਆਨੰਦ ਜੀ ਇਹਨਾਂ ਦੇ ਹਿੱਸੇ ਆ ਤੇ ਇਹ ਹੁਣ ਉਸ ਅਵਾਰਡ ਬਾਰੇ ਤੁਹਾਡੇ ਨਾਲ ਗੱਲਬਾਤ ਦੀ ਸਾਂਝ ਪਾ ਰਹੇ ਆ ਸੋ ਮੈਂ ਇਹ ਗੱਲ ਦਰਸ਼ਕਾਂ ਨੂੰ ਦੱਸਣਾ ਸ਼ੇਅਰ ਕਰਨੀ ਚਾਹਾਂਗਾ ਕਿ ਸਰਬਲ ਰਾਈਟਰਸ ਐਸੋਸੀਏਸ਼ਨ 150 ਸਾਲ ਪੁਰਾਣੀ ਹੈ ਹਾਂ ਔਰ ਬਹੁਤ ਹੀ ਇੰਪੋਰਟੈਂਟ ਐਸੋਸੀਏਸ਼ਨ ਹੈ ਜਿਹਦੇ ਮੈਂਬਰ ਜਿਹਦੀ ਮੈਂਬਰਸ਼ਿਪ ਨੋਬਲ ਲੌਰੀਅਟਸ ਨੂੰ ਮਿਲਦੀ ਹੈ ਹਾਂ ਸੋ ਮੇਰੇ ਹੀ ਕਿਸਮਤ ਸੀ ਜਾਂ ਮੇਰੀ ਰਾਈਟਿੰਗ ਸੀ ਜਿਹੜੀ 180 ਸੋ ਦੇ ਕਰੀਬ ਜੀ ਦੀ ਵਜ੍ਹਾ ਕਰਕੇ ਉਹਨਾਂ ਨੇ ਮੈਨੂੰ ਇਹਦਾ ਮੈਂਬਰ ਬਣਾਇਆ ਹਾਂ ਔਰ ਉਸ ਤੋਂ ਬਾਅਦ ਫਿਰ ਮੈਨੂੰ ਇਸ ਅਵਾਰਡ ਦੇ ਲਈ ਚੁਣਿਆ ਗਿਆ ਹਾਂ ਔਰ ਮੈਨੂੰ ਯਾਦ ਹੈ ਕਿ ਅੱਜ ਤੋਂ 100 ਸਾਲ ਪਹਿਲਾਂ 1926 ਦੇ ਵਿੱਚ ਆਪਣੇ ਰਵਿੰਦਰਨਾਥ ਟੈਗੋਰ ਜੀ ਨੋਬਲ ਔਰੀਅਟ ਜਦੋਂ ਉਹਨੂੰ ਨੋਬਲ ਮਿਲ ਚੁੱਕਾ ਸੀਗਾ ਉਦੋਂ ਉਹ ਸਰਬੀਆ ਦੇ ਵਿੱਚ ਗਏ ਸੀ ਉੱਥੇ ਵੀ ਉਹਨਾਂ ਦੀ ਰੌਕ ਲੱਗੇ ਹੋਏ ਆ ਔਰ ਰੌਕ ਦੇ ਉੱਤੇ ਨਾਮ ਜਿਹੜਾ ਲਿਖਿਆ ਗਿਆ ਇਹ ਆਪਣੇ ਲਈ ਤਾਂ ਹੈ ਹੀ ਮੈਂ ਸਮਝਦਾ ਕਿ ਪੰਜਾਬ ਲਈ ਹਿੰਦੁਸਤਾਨ ਦੇ ਲਈ ਹਿੰਦੁਸਤਾਨ ਲਈ ਬਹੁਤ ਮਾਣ ਦੀ ਗੱਲ ਹੈ ਸਾਰੇ ਦੇ ਲਈ ਇਹ ਇੱਕ ਬਹੁਤ ਵੱਡੀ ਔਰ ਮਾਣ ਵਾਲੀ ਗੱਲ ਹੈ ਹਾਂ ਸੋ ਮੈਂ ਇਹ ਅਵਾਰਡ ਜਦੋਂ ਮੇਰੇ ਡਿਕਲੇਅਰ ਹੋਇਆ ਮੈਂ ਜਾ ਰਿਹਾ ਸੀ ਹੂੰ ਤਾਂ ਇੱਥੋਂ ਮੈਂ ਬੰਬੇ ਗਿਆ ਬੰਬੇ ਤੋਂ ਮੈਂ ਅਗੇ ਜਹਾਜ਼ ਪਕੜਨਾ ਸੀ ਜਦੋਂ ਮੈਂ ਇਮੀਗ੍ਰੇਸ਼ਨ ਚੈੱਕ ਹੋ ਰਿਹਾ ਸੀ ਤਾਂ ਮੈਨੂੰ ਆਇ ਗੋਟ ਅ ਮੈਸੇਜ ਕਿ ਮੇਰੀ ਵਾਈਫ ਹੈ ਜਿਹੜੀ ਉਹ ਹਸਪੀਟਲ 'ਚ ਐਡਮਿਟ ਕਰਵਾ ਦਿੱਤਾ ਗਿਆ ਹੂੰ ਸੋ ਮੈਨੂੰ ਅਬਾਉਟ ਕਰਨੀ ਪਈ ਆਪਣੀ ਜਰਨੀ ਹੂੰ ਔਰ ਵਾਪਸ ਆਣਾ ਪਿਆ ਹੂੰ ਮੈਂ ਜਿਹੜੇ ਇਹ ਸਰਬਨ ਐਸੋਸੀਏਸ਼ਨ ਨੂੰ ਦੱਸਿਆ ਵੀ ਥਿਸ ਇਜ਼ ਮਾਈ ਪ੍ਰੋਬਲਮ ਹੂੰ ਤਾਂ ਉਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਤਾਂ ਉਹਨਾਂ ਨੇ ਜੋ ਆਪਣਾ ਐਮਬੈਸਡਰ ਹੈਗਾ ਉੱਥੋਂ ਦੇ ਇੰਡੀਅਨ ਇੰਡੀਅਨ ਐਮਬੈਸਡਰ ਉਹਨਾਂ ਨੂੰ ਬੁਲਾ ਕੇ ਇਹ ਔਾਰਡ ਉਹਨਾਂ ਦੇ ਹਵਾਲੇ ਕੀਤਾ ਤਾਂ ਉੱਥੋਂ ਫਿਰ ਐਕਸਟਰਨਲ ਅਫੇਅਰਜ਼ ਮਿਨਿਸਟਰੀ ਦੇ ਰਾਹੀਂ ਮੈਨੂੰ ਪ੍ਰਾਪਤ ਹੋਇਆ ਹਾਲੇ ਉਹਨਾਂ ਦਾ ਸਦਾ ਪੱਤਰ ਸਟੈਂਡ ਕਰਦਾ ਉਹਨਾਂ ਨੇ ਕਿਹਾ ਵੀ ਜਦੋਂ ਮਰਜ਼ੀ ਆਓ ਜੀ ਤੇ ਸਾਡੇ ਲਈ ਬੜਾ ਮਾਣ ਹੋਏਗਾ ਹੂੰ ਸੋ ਇਹਦਾ ਇੱਕ ਇਤਿਹਾਸ ਹੈ ਜੀ ਬਹੁਤ ਵੱਡੀ ਗੱਲ ਹੈ ਸਰ ਸੋ ਦਰਸ਼ਕੋ ਮੈਂ ਇੱਕ ਗੱਲ ਹੋਰ ਸਾਂਝੀ ਕਰਨਾ ਚਾਹਾਂਗੀ ਕਿ ਵਿਸ਼ਵ ਸਾਹਿਤ ਦੇ ਵਿੱਚ ਜਿਹੜਾ ਨਾਮ ਕਮਾਉਣਾ ਪੰਜਾਬ ਦਾ ਪੰਜਾਬ ਦੀ ਧਰਤੀ ਤੋਂ ਉੱਠ ਕੇ ਇਹ ਬਹੁਤ ਵੱਡੀ ਗੱਲ ਹੈ ਸਾਡੇ ਪੰਜਾਬੀ ਸਾਹਿਤ ਲਈ ਮਾਣ ਦੀ ਗੱਲ ਹੈ ਸੋ ਗੱਲਾਂ ਬਾਤਾਂ ਅਸੀਂ ਖੂਬ ਕੀਤੀਆਂ ਤੇ ਬਹੁਤ ਸਾਰੀਆਂ ਉਹ ਗੱਲਾਂ ਅਸੀਂ ਜਾਣੀਆਂ ਜਿਨ੍ਹਾਂ ਨੂੰ ਲੈ ਕੇ ਪਾਠਕ ਤੇ ਦਰਸ਼ਕ ਅਕਸਰ ਭੁਲੇਖੇ ਚ ਰਹਿੰਦੇ ਆ ਜਾਂ ਕਹਿ ਜਾਂਦਾ ਕਿ ਉਸ ਗਿਆਨ ਤੋਂ ਬੰਜੇ ਰਹਿ ਜਾਂਦੇ ਆ ਸੋ ਡਾਕਟਰ ਜਰਨੈਲ ਸਿੰਘ ਅਨੰਦ ਜੀ ਤੁਸੀਂ ਸਾਡੇ ਨਾਲ ਸਾਹਿਤਿਕ ਸਾਂਝ ਪਾਈ ਬਹੁਤ ਸਾਰੀਆਂ ਗੱਲਾਂ ਕੀਤੀਆਂ ਇੰਨੀਆਂ ਸਾਰੀਆਂ ਰਚਨਾਵਾਂ ਦੇ ਸਾਨੂੰ ਰੂਪ ਸ਼ੁਰੂ ਕੀਤਾ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਵੀਰ ਜੀ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਜਿਹੜੀ ਤੁਹਾਡੀ ਆਡੀਅנס ਹੈ ਉਹਦੇ ਰੂਬਰੂ ਹੋ ਸਕਾਂ ਜੀ ਸੋ ਨਾਈਸ ਆਫ ਯੂ ਸੋ ਦਰਸ਼ਕੋ ਆਪਾਂ ਸਾਹਿਤਿਕ ਤੰਦਾਂ ਦੇ ਵਿੱਚ ਇਸੇ ਤਰ੍ਹਾਂ ਸਾਹਿਤਿਕ ਸਾਂਝ ਪਾਉਂਦੇ ਰਵਾਂਗੇ ਹੁਣ ਮੈਨੂੰ ਡਾਕਟਰ ਵੀਰ ਨੂੰ ਤੇ ਮੇਰੇ ਨਾਲ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਜਰਨੈਲ ਸਿੰਘ ਆਨੰਦ ਜੀ ਨੂੰ ਇਜਾਜ਼ਤ ਦਿਓ ਸਾਸ਼ੀਕਾਲ ਜੀ